ਉਹ ਮੈਂ ਸੁਣਿਆ ਤੂੰ ਮੈਨੂੰ ਜਾਣਦੀ ਨੀ, ਮੈਨੂੰ ਪਿੰਡ ਚ ਡਾਕਟਰ ਡਾਕਟਰ ਕਹਿੰਦੇ ਆ। ਨਾ ਡਿਗਰੀ ਹੋਲਡਰ ਆ ਨਾ ਅਫਸਰ ਸ਼ਾਹੀਆ, ਸਿੰਘ ਦੇਖ ਫਸਾ ਕੇ ਤੂੰ ਮੈਂ ਕਿਆ ਨਰੀ ਤਬਾਹੀਆ, ਮੇਰੀ ਚੀਕ ਪਵਾ ਦਿੰਦਾ ਹੈਲੋ 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 ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਵੀ ਸਾਰਿਆਂ ਦੇ, ਵੈਲਕਮ ਟੂ ਦ ਨਿਊ ਲਾਈਵ ਸਟ੍ਰੀਮ। ਸ਼ੁਰੂ ਕਰਦੇ ਹਾਂ ਅੱਜ ਦੀ ਨਵੀਂ ਲਾਈਵ ਸਟ੍ਰੀਮ। ਅੱਜ ਬਣਦੇ ਪਏ ਹਾਂ ਯਾਰ ਉਹਨੇ ਡਾਕਟਰ ਦੇ ਅੱਜ ਕੀ ਬਣਦਾ ਜਿਣ ਦਾ ਭਰਾ ਨਾਲ ਖੇਡ ਰਹੇ ਹਾਂ ਅਸੀਂ ਆਪਣੇ। ਲੈਟਸ ਸੀ, ਓਪਰੇਸ਼ਨ ਹੋਊਗਾ, ਕਾਪੀਰਾਈਟ ਆਜੂ ਓਏ ਡਾਕਟਰ, ਕਾਪੀਰਾਈਟ ਆਜੂ। ਅੱਛਾ ਯਾਰ ਦੇਖਦੇ ਹਾਂ ਹੁਣ ਕੀ ਬਣਦਾ ਜਿਣ ਦਾ, ਕੁਛ ਤਾਂ ਬਣੂਗਾ ਜੀ, ਕਰ ਲਾਂ ਕਲੀਅਰ। ਕੋਈ ਨਹੀਂ, ਉਹ ਪਿਛਲੀ ਚੱਲ ਸਟਾਲ ਵਾਲੀ ਉਹਦੀ ਮੇਰੀ ਲਾਈਵ ਸਟ੍ਰੀਮ ਦਾ ਕਾਪੀਰਾਈਟ ਆ ਰਿਹਾ, ਹੁਣ ਉਹਦਾ ਪਤਾ ਨਹੀਂ ਕੀ ਬਣਦਾ। ਵਧੀਆ ਵਧੀਆ ਜੁਲਮੀ ਬਾਈ ਟੀ, ਵੈਲਕਮ ਬ੍ਰੋ। ਸਬਸਕ੍ਰਾਈਬ ਨਹੀਂ ਕਰਿਆ ਤੂੰ, ਓ ਸੋਰੀ ਲਾਈਕ ਨਹੀਂ ਕਰਿਆ ਤੂੰ, ਆਉਂਦੇ ਸਰ ਤੇਰਾ ਜਿਹੜਾ ਕੰਮ ਹੈ ਦੇਖ ਲਾ ਤੂੰ, ਤੱਟਾ ਜਾ ਰਿਹਾ ਮੇਰੇ ਨਾਲ। ਹੋਰ ਕਿਹੜਾ ਬੰਦਾ ਬੈਠ, ਹੋਰ ਕੌਣ ਦੇਖ ਰਿਹਾ। ਕਰੀਏ ਬਾਈ ਸ਼ੁਰੂ ਫਿਰ ਪਹਿਲਾਂ। ਹਾਂਜੀ ਹਾਂਜੀ ਵੀਰ। ਲੈ ਬਈ ਮਿੱਤਰੋ ਪ੍ਰਾਈਵੇਟ ਤੁਸੀਂ ਸ਼ੁਰੂ ਕਰਿਆ ਹੀ ਹੋਇਆ ਸੱਚ, ਤੁਸੀਂ ਆਪਣਾ ਉਦਾ ਹੀ ਲੱਗਿਆ।
ਨਹੀਂ ਨਹੀਂ ਬ੍ਰੋ ਲੈ ਦੱਸ ਯਾਰ, ਇੱਦਾਂ ਨਾ ਰਿਹਾ ਯਾਰ ਆਪਣੇ ਆਪ ਨੂੰ। ਤੁਸੀਂ ਇਹ ਦੱਸੋ, ਮੈਂ ਨਹੀਂ ਲਾਈਕ ਕਰ। ਠੀਕ ਹੈ ਠੀਕ ਹੈ, ਕੋਈ ਨਹੀਂ ਕੋਈ ਨਹੀਂ। Poor Bob's heart is on its way out. Bully and Luckily, our bioreplicator unit, the Brew, has produced a replacement. Junet. The Brew is our greatest achievement and works almost perfectly. Okay. Levi Metro, chaliye. Chalo 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 ji. Okay, aajo doctor saab, kithe reh rahe? Aa gaye, pahunche, bas. Te pichhe reh, ki ho reha? Acha, hath dhon lag gaye honge. Aajo. Haanji haanji. ਪਿਆ ਫਰਕ। ਅੱਛਾ ਤੂੰ ਇਧਰੋਂ ਚੱਕਿਆ ਨਾ ਕਾਰਡ ਜਿਹਾ? ਆਹ ਥੱਲੇ ਜਿਹਾ ਪਿਆ ਹੋਣਾ ਉੱਥੇ। ਦੀਲਾਂ ਨੇ ਤਾਂ ਚੱਕਿਆ ਨਹੀਂ ਜਾਂਦਾ। ਓਕੇ ਚੱਕਿਆ ਜਾਊਗਾ, ਕੋਈ ਚੱਕਰ ਨਹੀਂ ਰਾਈ, ਸਭ ਅੱਜ ਅੱਜ ਚੱਕ ਲਾਂਗੇ। ਇਹ ਪਹਿਲਾਂ ਨੂੰ ਡੱਬਾ ਸਾਈਡ ਨੂੰ ਕਰਾਂ, ਭੈਣ ਗੰਦ ਹੀ ਬੜਾ ਪਿਆ ਹੋਇਆ ਹੋਸਪਿਟਲ 'ਚ, ਸਫਾਈ ਨਹੀਂ ਕਰਦੀਆਂ ਰਹੀਆਂ। ਆਪਾਂ ਚੱਕ ਲਿਆ ਭਾਲੂ ਜਿਹਾ ਆਪਣਾ, ਹੈ ਚੱਕ ਲਿਆ ਭਾਲੂ। ਭਾਲੂ ਦੀ ਲੋੜ ਨਹੀਂ ਹੈਗੀ ਬਾਈ ਆਪਾਂ ਨੂੰ ਲੱਗਦਾ। ਆਜੋ 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 ਡਾਕਟਰ ਸਾਹਿਬ, ਮੈਂ ਰੂਮ ਖੋਲਤਾ, ਆਜੋ ਕਿੱਧਰ? ਚਲੋ ਚਲੋ ਜੀ, ਬੌਬ ਨੇ ਮਰ ਜਾਣਾ ਭੈਣ ਚੋ, ਉਹ ਭੈਣ ਦੀ ਲਾ। ਤੂੰ ਇਹ ਬੁੱਢੇ ਕਿੱਥੇ ਚੱਟੀ ਕਰਦੇ ਹੋ? ਮੈਂ ਨਹੀਂ ਲਾਈਟ ਕਰੂੰਗਾ, ਜੇ ਮੈਂ ਨਾ ਲਾਈਟ ਕਰਿਆ ਤਾਂ ਤਿੰਨ ਲਾਈਟ ਕਿੱਦਾਂ ਹੋ ਗਏ? ਬ੍ਰੋ ਤੇਰੀ ਸਭ ਤੋਂ ਵੱਡੀ ਸਪੋਰਟ। ਬਾਬਾ ਵੇਟਸ ਯੂ, ਚੈੱਕ ਦ ਬਟਨ ਪੈ ਗਿਆ। ਉਹ ਵਕਤ ਮੈਂ ਸ਼ੁਰੂ ਕਰਤਾ। ਓਕੇ ਬਾਬਾ ਵੇਟਸ ਯੂ, ਕਰਨਾ ਜੀ ਦੇਖੋ ਸਕਰੀਨ ਤੇ, ਥੋੜੋ ਮੈਂ ਦੇ ਦਾਂ ਜਾ ਕੇ। ਇਹ ਭਰਾ ਹੈਗਾ, ਕੁਛ ਨਹੀਂ ਹੁੰਦਾ ਪੁੱਤ ਤੈਨੂੰ, ਲੈ ਮੈਂ ਤੈਨੂੰ ਲੋਰ ਦਿਲ ਕੱਢਣਾ। ਸੋ ਜਾ ਉਹ ਭੈਣ ਦੇ ਲੈਣ, ਤੂੰ ਨਹੀਂ ਬਾਦਦਾ ਅੱਜ ਭਾਈ, ਦਿਲ ਕੱਢਣਾ ਦਿਲ ਕੱਢਣਾ। ਓਕੇ ਗਾਇਸ, ਬੌਬ ਇਜ਼ ਸਿਟ, ਉਹ ਬਿਮਾਰ ਹੋ ਤਾਂ ਦਿਲ ਕਿਉਂ ਕੱਢਣਾ? ਨਹੀਂ ਆਵੇ ਦਿਲ ਦਿਲ ਦੀ ਲਿਖੀ ਹੋਈ, ਹਾਰਟ ਫੋਟੋ ਵੇਖੋ, ਹਾਰਟ ਦੀ ਪਾਈ ਹੋਈ ਆ, ਅਨਹੈਲਦੀ ਉਹ ਵੇਖੋ ਥੱਲੇ ਦੇਖਿਆ ਨਾ, ਮਿਸਿੰਗ ਅਨਹੈਲਦੀ ਰਿਪਲੇਸਡ, ਉਹ ਅਨਹੈਲਦੀ ਆ ਹਾਰਟ। ਅੱਛਾ ਇਹਦਾ ਮਤਲਬ ਹਾਰਟ ਕੱਢਣਾ ਹੈ। ਸਮਵਨਸ ਮੈਸ ਵਿਦ ਦ ਫ੍ਰਿਜ ਡੋਰ, ਉਹ ਮੇਰੀ ਸਟ੍ਰੀਮ ਬੰਦ ਹੋ ਗਈ। ਉਹ ਆਪਾਂ ਨੂੰ ਉਹ ਵੀ ਚਾਹੀਦੀ, ਆਪਾਂ ਨੂੰ ਖੜ ਦੇ ਮੱਲਿਆਂ ਚੱਕ ਕੇ, ਇਧਰੋਂ ਗੇਟ ਖੋਲ ਦਿਓ। ਕੀ ਚਾਹੀਦਾ? ਉਹ ਕਾਰਡ ਜਾਂ ਚਾਹੀਦਾ। ਅੱਛਾ ਅੱਛਾ ਅੱਛਾ, ਗੇਟ ਖੋਲਿਓ। ਖੋਲਦਾ ਖੋਲਦਾ, ਆ ਜਾ। ਯਾਰ ਮੇਰੀ ਸਟ੍ਰੀਮ ਬੰਦ ਹੋ ਗਈ, ਨਹੀਂ ਚੱਲ ਰਹੀ। ਫਟ ਮੈਂ ਕਿਉਂ ਨਹੀਂ ਚੱਲ ਰਹੀ? ਉਹ ਆ ਤਾਂ ਆਈਡੀ ਕਾਰਡ ਹੋ ਰਹਾ ਗਾਈਸ, ਕਿਉਂ ਨਹੀਂ ਚੱਲ ਰਹੀ? 6.7 ਰੇਡੀਓ ਡ੍ਰੋਮ ਫਰੇਮ ਫਰੇਮ ਡ੍ਰੌਪ ਹੋ ਰਹੇ ਨੇ। ਠੀਕ ਆ, ਕੋਈ ਨਹੀਂ ਕੋਈ ਦਿੱਕਤ ਵਾਲੀ ਗੱਲ ਨਹੀਂ, ਕਰ ਲੈਂਦੇ ਆਪਾਂ ਸੈਟਿੰਗ ਕਰ ਲੈਂਦੇ ਹਾਂ। ਹੁਣ ਦੇਖੋ ਚੱਲ ਰਹੀ ਆ, ਨਹੀਂ ਚੱਲ ਰਹੀ ਚੱਲ ਰਹੀ ਆ, ਜੋਲਮੀ ਤੂੰ ਮੈਨੂੰ ਕਨਫਿਊਜ਼ ਕਰੀ ਜਾ। ਓਕੇ ਓਕੇ ਦੇ ਦਿਆਂ। ਡਾਕਟਰ ਸਾਹਿਬ ਕੀ ਹੋਇਆ? ਵਾਹਵਾ ਕੁਛ ਆ, ਆਪਾਂ ਨੂੰ ਆਹ ਚਾਹੀਦੀ ਆ, ਆਹ ਆਈਡੀ ਚਾਹੀਦੀ ਇੱਥੇ। ਅੱਛਾ ਇਹਦੇ ਲਈ ਕੀ ਚਾਹੀਦਾ? ਦਿਲ ਲਈ? ਆ ਖੁੱਲੂਗਾ ਗੇਟ ਜਾਂ ਪਹਿਲੇ ਤਾਂ ਉਹ ਤਾਂ ਤੋੜੀਏ, ਮਤਲਬ ਇਹਦਾ ਦਿਲ ਤਾਂ ਰੈਡੀ ਬੜਾ, ਪਰ ਨਹੀਂ ਇਹਦੇ ਸਾਲੇ ਦਾ ਲੀਟ ਹੋਣ ਲੱਗ ਜਾਣਾ। ਖੜੋ 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 ਡਾਕਟਰ ਸਾਹਿਬ, ਟੀਕੇ ਟੂਕੇ ਪਰਲੇ 'ਚ ਪਏ ਆ, ਮੈਂ ਇੱਧਰ ਦੇ ਦਿੰਦਾ ਉਹਦੇ। ਉਹ ਪਏ ਟੀਕੇ ਪਰਲੇ 'ਚ, ਆਹ ਸਰਿੰਜ ਆ ਗਈ ਇੱਥੇ, ਆਹ ਖੂਨ ਵਾਲੀ ਸਰਿੰਜ ਆ, ਆਹ ਬਲੱਡ ਨੂੰ ਰੋਕਣ ਵਾਲੀ ਸਰਿੰਜ ਆ। ਕਿਹੜੀ ਕੱਢਣੀ ਆ? ਬਲੱਡ ਰੋਕਦੇ ਆ, ਬਲੱਡ ਰੋਕਦੇ ਆ ਪਹਿਲਾਂ। ਲੈ ਵੀ ਮਿੱਤਰਾ, ਆਹ ਵੀ ਸਰਿੰਜ ਤਿਆਰ ਆ, ਮੈਂ ਦੋਵੇਂ ਸਰਿੰਜਾਂ ਤਿਆਰ ਕਰਦਾ, ਤੁਸੀਂ ਦੇਖੋ। ਮੈਂ ਚੱਕਰ ਥੋੜ੍ਹੀ ਥੋੜ੍ਹੀ ਕਿੱਥੇ ਆਪਣੀ, ਥੋੜ੍ਹੀ ਦੇਖਦਾ, ਥੋੜ੍ਹੀ ਨਾਲ ਨਹੀਂ ਕੰਮ ਬਣਦਾ, ਮੈਂ ਇੱਥੋਂ ਚੱਕਾਂ ਪੀਪਾ ਆ ਜੇ ਹੋਣੀ ਚਾਹੀਦੀ, ਥੋੜ੍ਹੀ ਹੋਊਗੀ ਹੋਊਗੀ ਕਿਤੇ। ਫੜੋ ਫੜੋ ਡਾਕਟਰ ਸਾਹਿਬ, ਐਂ ਗੱਲ ਨਹੀਂ ਬਣਨੀ, ਮੈਂ ਰੋਡ 'ਤੇ ਲਿਆ ਰਿਹਾ। ਚਾ 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 ਅੱਛਾ, ਯੰਤਰ ਜੇ ਤਾਂ ਆ ਪਏ, ਔਰ ਜਾਂ ਗੇਟ ਖੋਲਣਾ ਪੈਣਾ। ਕੋਈ ਘਬਰਾਉਣਾ ਨਹੀਂ ਡਾਕਟਰ ਸਾਹਿਬ, ਮੈਂ ਇਹਦੇ ਨਾਲ ਭਾਂ ਦੇਣਾ ਭੈਣ ਦੀ ਨਾਲ, ਉਹ ਭੈਣ ਚੋਂ ਰੱਖ ਲੈਂਦਾ। ਲਿਆ ਗੇਟ ਦਬ ਦੇ, ਤੋੜਦਾ ਡਾਕਟਰ ਸਾਹਿਬ ਨੂੰ ਤੋੜਦੇ ਆ ਰੇ ਭੰਤਾ। ਹਾਂ ਹਾਂ ਦੇਖੋ ਤਾਂ ਸਹੀ, ਨਾ ਬੰਨਿਆ ਉਹ ਲੈ ਬੱਲੇ ਬੱਲੇ, ਪਰ ਉਹ ਮੂਵੀ ਬੰਨੇ ਰਿਹਾ ਥੋੜਾ ਜਿਹਾ, ਆ ਚੱਡੋ ਬੜੇ ਹੱਡੀ ਇਹ ਚੱਡੋ, ਉਹ ਹੋਰ ਤੋੜਦਾ ਆ ਤਾਂ ਕੱਢਦਾ, ਉਹ ਇਹ ਨਹੀਂ ਹੈਗਾ ਹਾਰਡ ਚੱਡਣਾ ਹੀ ਆ, ਇਹ ਕੱਢਦਾ ਹਾਰਡ ਚੱਡਣਾ, ਅਜੇ ਸਾਂਭ ਕੇ ਇਹ ਸਾਂਭ ਕੇ ਰੱਖਣਾ ਪੈਣਾ, ਫਿਰ ਇਹਨੂੰ ਸਾਂਭ ਕੇ ਸਾਈਡ ਤੇ ਰੱਖ ਦੋ, ਇਹਨੂੰ ਮਨ ਖੜੋ, ਫਿਰ ਇਹਨੂੰ ਤੇਰਾ ਦਿੰਨੇ ਆ। ਨਹੀਂ 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 ਮੈਂ ਲੈ ਕੇ ਆ ਪਲੇਟ, ਆ ਰੱਖ ਦੋ ਇਹਦੇ ਤੇ, ਫੜ ਲਿਆ ਦਿਲ ਦਿਲ ਫੜ ਲਿਆ, ਚੱਕ ਕੱਢ ਲਿਆ ਭੈਣ ਦੀ ਲਾ, ਦਿਲ ਤਾਂ ਹੈ ਨਹੀਂ ਆਪਣੇ, ਆ ਰੱਖ ਦੋ ਪਲੇਟ 'ਚ ਟੱਪੀ ਜਾਂਦੇ ਸਭ ਬਚਾਉਣਾ,
ਉਹ ਪੈਰ ਦੇ ਲਾ ਥੱਲੇ ਡਿੱਗ ਪਿਆ ਪੈਰੇ ਤੇ ਕੋਈ ਨਹੀਂ ਚੋੜੀ ਥੱਲੇ ਪਿਆ ਇੱਥੇ ਦਿਲ ਰੱਖਣਾ ਦਿਲ ਕਿੱਥੇ ਆਪਣਾ ਇੱਥੇ ਰੱਖਣਾ ਵੇਖੋ ਉਹ ਠੀਕ ਆ ਜਦੋਂ ਤੁਸੀਂ ਕਹਿੰਦੇ ਕਾਰਡ ਰੱਖਣਾ ਉਹੀ ਆ ਨਾ ਆਈਡੀ ਚਾਹੀਦੀ ਆਈਡੀ ਮੈਂ ਤਾਂ ਵੀ ਕਿਉਂ ਨਾ ਖੜਦੇ ਹੋ ਇੱਥੇ ਆਈਡੀ ਕਾਰਡ ਪਿਆਉਣਾ ਕਿਤੇ ਨਾ ਕਿਤੇ ਫੜੋ ਗਾਇਸ ਇਹ ਤਾਂ ਯੰਤਰ ਹੀ ਬਹੁਤ ਵੱਡਾ ਤਾਂ ਤੱਕ ਵੀ ਬਣਿਆ ਆ ਤੇ ਗੱਲ ਨਹੀਂ ਮੈਂ ਡਾਕਟਰ ਸਾਹਿਬ ਮੈਂ ਵਾਪਸ ਮੁੜ ਗਿਆ ਬੰਦਾ ਮਰ ਗਿਆ ਕਿੰਨਾ ਕੁ ਰਹਿੰਦਾ ਖੂਨ ਖੂਨ ਉਹਦਾ ਘਟੀ ਜਾਂਦਾ ਭੈਣ ਦੀ ਲੈਣ ਮੈਂ ਪਾਉਣਾ ਉਹਨੂੰ ਖੂਨ ਰੋਕਦਾ ਚੱਟ ਲਿਆ ਮੈਂ ਟੀਕਾ ਬੰਦ ਨੀ ਹੋਣਾ ਜਿੰਨਾ ਟਾਈਮ ਆਪਾਂ ਸਮਾਨ ਨੀ ਚੱਕ ਹੋ ਰਿਹਾ ਮਹਾਰਾਜ ਹੋਰ ਫਿਰ ਗਾਈਸ ਮਜ਼ਾ ਆ ਰਿਹਾ ਤੁਹਾਨੂੰ ਯਾਰ ਇੱਕ ਬੰਦੇ ਨੇ ਹੋਰ ਸਬਸਕ੍ਰਾਈਬ ਕਰ ਲਿਆ ਪਤਾ ਨਹੀਂ ਲੱਗਿਆ ਕਿਹਨੇ ਕਰਿਆ ਚਲੋ ਕੋਈ ਡਾਕਟਰ ਨਹੀਂ ਧੰਨਵਾਦ ਬਾਈ ਉਹਦਾ ਜਿਹਨੇ ਵੀ ਕਰਿਆ ਹਾਂਜੀ ਆਹ ਜੀ ਹੂ ਹਾਂ ਅੱਛਾ ਦੋਵਾਂ ਦੀ ਹੋ ਰਹੀ ਆ ਹੰਟਰੀ ਤੇ ਹੋਮ ਮੈਂ ਕਿਹਾ ਆਹ ਕੀ ਆ ਹੂ ਹਾਂ ਗਾਈਸ ਮਜ਼ਾ ਆ ਰਿਹਾ ਗੇਮ 'ਚ ਬੋਰ ਤਾਂ ਨਹੀਂ ਕਰ ਰਹੀ ਪਤਾ ਨਹੀਂ ਯਾਰ ਬੋਰ ਆਪਾਂ ਕਦੋਂ ਕਰਨਾ ਸਵਾਦ ਆਪਾਂ 5 ਮਿੰਟਾਂ ਦੇ ਅੰਦਰ ਕਰਨਾ 400 ਐਮਐਲ ਤੋਂ ਘੱਟ ਘਟਾਉਣਾ ਤੋਂ ਘੱਟ ਰਹਿਣਾ ਚਾਹੀਦਾ ਜਿਹੜਾ 60 ਸਾਹਿਬ ਇੱਧਰ ਹੋ ਤੁਸੀਂ ਮਤਲਬ ਥੋੜੀ ਬਾਹਰ ਦਾ ਪ੍ਰੈਸ਼ਰ ਹੋਣ ਵਾਲਾ ਖੁੱਦ ਇਹ ਤਾਂ ਆਪ ਢੱਲੀ ਚਲੋ 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 ਸਵਾਦ ਪੂਰਾ ਬਟੀ ਜੜੀ ਆ ਬਾਈ ਸਵਾਦ ਹੀ ਹੋਣਾ ਚਾਹੀਦਾ ਓਕੇ ਉਹ ਬਾਵਾਂ ਤਾਂ ਉਧਰ ਪਈਆਂ ਖੜੋ ਕੰਮ ਨਹੀਂ ਕਰਨਾ ਬਾਵਾਂ ਤਾਂ ਪਈਆਂ ਬਾਅਦ ਵਿੱਚ ਸਿੱਟੋ ਤਾਂ ਮੈਨੂੰ ਪਤਾ ਅੱਛਾ ਬਾਵਾਂ ਚੇਂਜ ਕਰਨੀਆਂ ਇਹਦੀਆਂ ਆਪਾਂ ਦੋਵੇਂ ਉਹ ਪਈਆਂ ਬਾਵਾਂ ਵੀਰ ਕਿੱਧਰ ਪਰਲੇ ਪਾਸੇ ਮਗਰ ਮਗਰ ਉਹ ਉਹ ਠੀਕ ਆ ਉਧਰੋਂ ਲੈ ਕੇ ਆਉਣੀ ਆ ਡਾਕਟਰ ਸਾਹਿਬ ਇਹ ਤਾਂ ਰਾਹ ਕਿੱਧਰ ਆਹ ਬਲੱਡ ਰੋਟਣ ਵਾਲਾ ਠੀਕ ਆ ਜੇ ਮੈਂ ਇਹਦੀ ਬਾਂਹ ਕੱਢਤੀ ਫੇਰ ਖੁੱਲੂਗਾ ਇਹ ਗੇਟ ਓਕੇ ਖੁੱਲ ਗਿਆ ਮੈਂ ਸਮਝ ਰਿਹਾ ਗਾਈਸ ਮੈਨੂੰ ਲੱਗ ਗਿਆ ਪਤਾ ਡਾਕਟਰ ਸਾਹਿਬ ਮੇਰੀ ਗੱਲ ਸੁਣੋ ਹਾਂਜੀ ਮੇਰੀ ਬਾਂਹ ਉਹ ਬਾਂਹ ਚੱਕ ਕੇ ਲਿਆਓ ਮੈਂ ਇਹਦਾ ਬਲੱਡ ਰੋਟਦਾ ਉਹ ਬਾਂਹ ਨਹੀਂ ਉਹ ਗਾਂਹ ਵਾਲਾ ਨਹੀਂ ਖੁੱਲਦਾ ਪਿਆ ਗੇਟ ਉੱਥੇ ਬਟਨ ਹੋਊਗਾ ਥੱਲੇ ਮੈਂ ਵੇਖ ਟਾਈਮ ਵੀਰੋ ਗਾਂਹ ਵਾਲਾ ਖੁੱਲਦਾ ਨਹੀਂ ਪਿਆ ਉਦੋਂ ਇੱਕ ਮਿੰਟ ਕੋਣ ਦੇ ਦੇ ਲੱਤ ਤਾਂ ਆ ਗਈ ਲੱਤ ਦਾ ਚਾਰ ਪੌੜ ਲੱਤ ਲਾ ਦੀ ਬਾਂਹ ਦੀ ਥਾਂ ਤੇ ਲੱਤ ਲਾ ਕੇ ਓਕੇ ਉਹ ਤਾਂ ਬਾਈ ਇਹ ਆ ਗਈ ਅੱਛਾ ਖੜ ਜਾ ਓਕੇ ਮੈਨੂੰ ਲੱਗਦਾ ਕੋਈ ਜੱਟ ਨਹੀਂ ਲੱਤ ਚੱਟ ਲਈ ਮੈਂ ਉੱਪਰ ਜਾਣਾ ਉੱਪਰ ਉਹ ਸੌਰੀ ਬੜਾ ਯਾਰ ਸੌਰੀ ਇਹ ਹੁਣ ਧੋਣੀ ਪੈਣੀ ਉਹਦੇ ਹੱਥ ਲੱਗ ਕੇ ਲੱਤ ਕਿਉਂ ਚੱਕ ਲਈ ਮੈਂ ਉਦਾਂ ਹੀ ਚੱਟ ਲਈ ਮੈਂ ਪਈ ਆ ਸਾਰੇ ਸ਼ੀਸ਼ਾ ਤੋੜ ਕੇ ਦੇਖੀ ਨੇ ਸ਼ੀਸ਼ਾ ਦਾ ਕਾਰਨ ਟੁੱਟਣਾ ਅਰੇ ਤੇ ਮੈਂ ਬਾਲ ਮਾਰਾਂ ਆ ਕੀ ਇੱਧਰ ਦਾ ਭਰਾਵਾ ਵਾਵਾ ਕੁਛ ਹੀ ਪਿਆ ਓ ਨਾਈਸ ਦਿਲ ਪਿਆ ਇਹ ਤਾਂ ਇਹਦਾ ਕੋਈ ਚਾਹੀਦਾ ਨਹੀਂ ਆਪਾਂ ਨੂੰ ਦਿਲ ਚਾਹੀਦਾ ਦਿਲ ਆ ਕੀ ਆ ਇਹ ਬਲੂਨ ਜਿਹਾ ਪਿਆ ਸਾਰਾ ਉਹ ਪੈਣ ਦਿਲਾਂ ਮੈਂ ਸੱਟਤਾ ਨਹੀਂ ਸੇਫ ਆ ਉਹ ਹੋ ਗਿਆ ਕੀ ਦਾ ਨਹੀਂ ਵੜਦਾ ਉਹ ਠੀਕ ਆ ਗੱਲ ਹੈ ਤੇ ਤਾਂ ਰਾਹ ਜਾ ਨਹੀਂ ਜਾਂਦਾ ਵੇਦੀ ਥੋੜੇ ਮੈਂ ਥੰਦਾ ਹੁੰਦਾ ਤੇ ਉਹ ਜਿਹੜੀ ਥੋੜੇ ਭਰਾਓ ਓਏ ਲੱਤ ਲਾ ਦੋ ਲੱਤ ਲੈ ਭਰਾ ਮੇਰੀ ਗੱਲ ਕਹੀ ਕਰਦਾ ਉਹ ਕਹਿਣੇ ਬਾਈ ਨੂੰ ਕਹੇ ਬਾਈ ਲੱਤ ਲਾਉਣੀ ਹੈ ਲਾਉਣੀ ਆ ਆ ਜੱਟ ਲੱਤ ਤਾਂ ਹੁਣੀ ਲਾ ਦੇਣੀ ਆਪਾਂ
ਲੈ ਵੀ ਮੁੰਡਿਆ ਓਹੋ ਉਹਦਾ ਟਟਣ ਲੱਗ ਗਿਆ ਪੜਤਾ ਸੌਰੀ ਗਾਇਸ ਯਾਰ ਉਹ ਬਾਈ ਨੇ ਗਾਈ ਲੱਤ ਲਾ ਦੋ ਮਰ ਗਿਆ ਕੋਈ ਨਾ ਫਿਰ ਕਿਹੜੀ ਗੱਲ ਕੋਈ ਚੱਕਰ ਨਹੀਂ ਕੋਈ ਗੱਲ ਲੱਤ ਲਾਈ ਤੇ ਮਰ ਜਾਂਦਾ ਗਾਇਸ ਬੰਦਾ ਮਰ ਗਿਆ ਫਿਰ ਕਿਹੜੀ ਗੱਲ ਆਪਾਂ ਹੋਰ ਬੰਦੇ ਵਾਧੂ ਇਹ ਡਾਕਟਰੀ ਪ੍ਰੋਫੈਸ਼ਨ ਹੈ ਇਹ ਯਾਰ ਬੰਦਾ ਮਰਦਾ ਰਹਿੰਦਾ 112 ਬਾਈ ਤੁਸੀਂ ਫੋਲੋ ਕਰ ਰਹੇ ਮੈਨੂੰ Julian says this one should be TikTok. Let's just see about that. Oh, don't go off in a huff again. ਵਾਹ ਦੀ ਚੱਲੋ ਚਲੋ ਡਾਕਟਰ ਸਾਹਿਬ ਚਲੋ ਸੈਟ ਹੋ ਤੁਸੀਂ ਲੈਦਰ ਜੈਕਟ ਬਾਈ ਫਿਰ ਤੂੰ ਦਵਦੇ ਆ ਓਕੇ ਮੈਂ ਹੱਥ ਧੋ ਲਵਾਂ ਯਾਰ ਬੌਬ ਵੀ ਖਾਸਾ ਟਾਈਮ ਹੋ ਗਿਆ ਨਹਾਤੇ ਨੂੰ ਬੌਬ ਨਮਾ ਗਈ ਟੂਟੀ ਚੱਲਦੀ ਆ ਟੂਟੀ ਮਤਲਬ ਪਾਣੀ ਹੈ ਨਹੀਂ ਇਹਨਾਂ ਦਾ ਆ ਜਾਓ ਕੋਈ ਨਹੀਂ ਬੌਬ ਪਾ ਦਾ ਮੂਰੇ ਉਹਨਾਂ ਨੇ ਬਾਤ ਲੰਬਾ ਟੂਟੀ ਹੈ ਨਹੀਂ ਮੈਂ ਕਹਿੰਦਾ ਉਹਨਾਂ ਨੇ ਉਹ ਅੱਛਾ ਖੂਨ ਤਾਂ ਹੈ ਹੀ ਕੁਛ ਨਹੀਂ ਕਿੰਨਾ ਵਾ ਖੂਨ ਇਹਦੇ ਕੋਲੇ 800 ਐਮ ਵਾਲਾ ਸਾਰਾ ਤਾਂ ਹੀ ਮੈਂ ਤਾਂ ਜਦ ਹੀ ਮਰ ਗਿਆ ਪਰ ਜੋ ਪਹਿਲਾਂ ਖੂਨ ਪਾਲ ਗਏ ਤੁਸੀਂ ਡਾਕਟਰ ਸਾਹਿਬ ਕਰੋ ਹੱਲ ਮੈਂ ਮੜਾ ਨਮਾਉਣਾ ਬੌਬ ਨੂੰ ਉਹ ਪੈਣ ਦੀ ਲੰਨ ਮੈਂ ਲੱਤ ਲਾਤੀ ਟੁੱਟਦੀ ਬਾ ਉਹ ਯਾਰ ਮੈਨੂੰ ਨਹੀਂ ਪਤਾ ਕਿਵੇਂ ਟੁੱਟ ਗਈ ਜੁੜ ਗਈ ਕਿੰਨਾ ਬਲੱਡ ਹੈ ਇਹਦੇ ਕੋਲ ਉਧਰ ਵੇਖੋ ਸਹੀ ਸਕਰੀਨ ਤੇ ਸਹੀ ਹੈ ਜੋੜ ਤੁਸੀਂ ਨਾਲ ਦੇ ਨਾਲ ਬਲੱਡ ਪਈ ਜਾਂਦੇ ਹੋ ਮੈਂ ਹੋਰ ਪਾਉਣਾ ਪੈਣਾ ਬਲੱਡ ਮੈਂ ਤੈਨੂੰ ਨਮਾਉਂਦਾ ਪਿਆ ਸੀ ਕੋਈ ਉਹ ਬੜੀ ਸਮੈਲ ਮਾਰਦੀ ਸ਼ੀਰੇ ਬੜਾ ਸਮੈਲ ਆ ਕਿੰਨਾ ਹੋ ਗਿਆ 1900 ਹੋ ਗਿਆ ਇੱਕ ਹੋਰ ਪਾ ਲੈਂਦੇ ਆ ਇੱਕ ਡੋਰਾ ਨਿਕਲਿਆ ਸਾਲਾ ਮੈਲ ਦਵਾਈ ਕਰਦਾ ਡਾਕਟਰ ਸਾਹਿਬ ਤੁਸੀਂ ਕਰੋ ਹੱਲ ਮੈਂ ਆਹ ਜਨਤਰ ਲੈ ਕੇ ਆਇਆ ਮੈਂ ਲਾਦਾ ਇੱਕ ਹੋਰ ਉਧਰ ਜਾ ਨਹੀਂ ਜਾਂਦਾ ਬਰੋ ਮੈਂ ਤੁਹਾਨੂੰ ਲੈ ਕੇ ਜਾਂਦਾ ਨਾ ਲਿਟਿਆ ਜਾਂਦਾ ਨਹੀਂ ਸਾਲਾ ਖੂਨ ਹੋ ਗਿਆ ਵਾਧੂ ਲੈ ਡਾਕਟਰ ਸਾਹਿਬ ਮੈਂ ਆਹੀ ਲੈ ਆਉਂਦਾ ਉੱਥੋਂ ਕੱਢ ਕੇ ਲੋੜ ਤਾਂ ਨਹੀਂ ਇਹਦੀ ਕੀ ਲਿਆਂਦਾ ਛੱਡੋ ਡਾਕਟਰ ਸਾਹਿਬ ਮਗਰ ਵੇਖਿਓ ਮਗਰ ਵਾਲੀਬਾਲ ਲਾਈਏ ਮਗਰ ਵੇਖੀ ਭਰਾ ਵੇ ਅੱਛਾ ਉੱਤੋਂ ਦੀ ਇਹਦੇ ਵਿੱਚ ਉਹ ਵਾਲੀਬਾਲ ਪਾਉਣੀ ਆ ਬਾਸਕਟਬਾਲ ਹਾਂ ਹਾਂ ਬੋਲਾਂ ਸਿੱਟਣੀਆਂ ਕੀ ਛੜਨ ਦੀ ਚੀਜ਼ ਉਹ ਠੀਕ ਆ ਆ ਬਟਨ ਉਹ ਫੜ ਲਾ ਜਾ ਹੱਥ ਚ ਉਹ ਠੀਕ ਆ ਮੈਂ ਸਮਝ ਰਿਹਾ ਡਾਕਟਰ ਸਾਹਿਬ ਮੈਂ ਸਮਝ ਗਿਆ ਮੈਂ ਦਿਮਾਗ ਲਾ ਰਿਹਾ ਇੱਥੇ ਡੱਬਾ ਲੱਗੂਗਾ ਨਹੀਂ ਨਹੀਂ ਡੱਬਾ ਤਾਂ ਲੱਗ ਗਿਆ ਲੱਗ ਗਿਆ ਕਾਈਂਡ ਆਫ ਆ ਸਮਾਨ ਜਿਹਾ ਬੜਾ ਆਇਆ ਹੋਇਆ ਫੜ ਜਾਓ ਪਰਾਂ ਟਰਨ ਵਾਲਾ ਓਕੇ ਲੱਗ ਗਿਆ ਚੜੋ ਡਾਕਟਰ ਸਾਹਿਬ ਓ ਚੱਲ ਖੁੱਲ ਗਿਆ ਦੱਬਦੇ ਆ ਆਪਾਂ ਚੋਸ ਓਪੀ ਚਲੋ ਇੱਕ ਬਾਤ ਤੁਸੀਂ ਚੱਕ ਲਓ ਇੱਕ ਮੈਂ ਚੱਕ ਲੈਂਦਾ ਬਸ ਸੈਟ ਆ ਕੰਮ ਓ ਖੜ ਜਾ ਤੁਹਾਨੂੰ ਓ ਅੱਛਾ ਰਾਈਟ ਆ ਪਹਿਲਾਂ ਇੱਕ ਲਾਉਣੀ ਪੈਣੀ ਆ ਪਹਿਲਾਂ ਇੱਕ ਲਿਆਉਣਾ ਮੈਂ ਖੜ ਜਾ ਮੈਂ ਲਿਆਉਣਾ ਇੱਕ ਅੱਛਾ ਇੱਕ ਲਾਉਣੀ ਪੈਣੀ ਆ ਫਿਰ ਮੇਰੀ ਗੱਲ ਸੁਣੋ ਜਾ ਕੇ ਲਾ ਦਿਓ ਗੱਲ ਸੁਣੋ ਮੈਂ ਇੱਕ ਬਾਹ ਜੀ ਨਾਲ ਦੀ ਨਾਲ ਹੀ ਕੱਢ ਲੈਣੀ ਆ ਮੇਰੀ ਗੱਲ ਸੁਣੋ ਤੁਸੀਂ ਇੱਕ ਬਾਹ ਰੱਖੋ ਇੱਥੇ ਲਿਆ ਕੇ ਮੈਂ ਨਾਲ ਦੀ ਨਾਲ ਹੀ ਚੱਕ ਰਾਈਟ ਆਮ ਰਾਈਟ ਚੱਕੀ ਰਾਈਟ ਪਹਿਲਾਂ ਰਾਈਟ ਓਕੇ ਰਾਈਟ ਵਾਲੇ ਤੇ ਆ ਆ ਜਾ ਹੱਥ ਚ ਰਾਣੋ ਆ ਗਈ ਆ ਗਿਆ ਮੈਂ ਡਾਕਟਰ ਸਾਹਿਬ ਜਲਦੀ ਆਓ ਆ ਗਏ ਉੱਡੇ ਆ ਬਾਬਾ ਹੌਸਲਾ ਰੱਖੀ ਪਹੁੰਚਾਉਣੇ ਤੇ ਉਹ ਭੈਣ ਚੋ ਆ ਗਈ ਬਾ ਆ ਗਈ ਚੱਲ ਵੀ ਚੱਲ ਉਹ ਮਰਨਾ ਨਹੀਂ ਭੈਣ ਦੇ ਯਾਰ ਉਹ ਭੈਣ ਦੇ ਨਾਲ ਥੱਲੇ ਥੱਲੇ ਹੁਣ ਹੈ ਨਹੀਂ ਬਾਜ ਰਿਹਾ ਛੇਤੀ 200-400 ਕਿਆ ਲੱਤ ਕਿਉਂ ਨਹੀਂ ਰਹੀ ਇਹਦੀ ਗਲਤ ਮਾਂ ਚੱਟ ਲੈਂਦੀ ਆਪਾਂ ਗਲਤ ਮਾਂ ਚੱਟ ਲੈਂਦੀ ਲੱਦੀ ਨਹੀਂ ਪਈ ਨਹੀਂ ਰਾਈਟ ਹੀ ਸੀ ਇਹ ਤਾਂ ਫਿਰ ਤੁਸੀਂ ਡੱਬੀ ਬਾਹ ਤੋੜਤੀ ਮੈਨੂੰ ਲਾਤਾ ਦੋਵੇਂ ਲਵਣੀਆਂ ਅਸਰੇ ਬਲੱਡ ਸਟਾਪ ਵੀ ਕਰ ਸਕਦੇ ਹਾਂ ਨਾ ਆਪਾਂ ਹਾਂ ਤੁਸੀਂ ਰੋਕਿਆ ਨਹੀਂ ਓਪੀ ਬਾਈ ਉਹ ਸਿਰਿੰਜਾਂ ਸਾਰੀਆਂ ਲਾ ਦਿੰਦੇ ਆਪਾਂ ਪ੍ਰਵਾਣਾ ਕਰ ਤੂੰ ਫਿਰ ਗਾਇਸ ਜਿਹਦੇ ਕੋਲੇ ਹੈਰੀ ਆ ਗੇਮ ਇਹ ਆ ਜਾਓ ਜੂਲੀਅਨ ਸੇਜ਼ ਦਿਸ ਵਨ ਸ਼ੁੱਡ ਬੀ ਟਿਪ ਟਾਪ
ਜਿੰਨੀਆਂ ਚੀਜ਼ਾਂ ਹੈਗੀਆਂ ਆਪਾਂ ਸਾਰੀਆਂ ਲਾ ਦਿੰਦੇ ਹਾਂ ਵੇਖੀ ਚੱਲੇ ਹੁਣ ਓ ਡੋਨਟ ਗੋ ਆਫ ਇਨ ਅ ਹਫ ਅਗੇਨ ਡਾਕਟਰ ਸਾਹਿਬ ਹੌਲੀ 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 ਆਰਾਮ ਨਾਲ ਉਹਨੇ ਬਚਣਾ ਨਹੀਂ ਮੈਨੂੰ ਯਕੀਨ ਨਾ ਤੁਸੀਂ ਨਾ ਐਵੇਂ ਆਪਣੀ ਗੈਲਰੀ ਸਬਰਨ ਕਰ ਅੱਛਾ ਬਲੱਡ ਸਟਾਪ ਪਰ ਪਹਿਲਾਂ ਮੈਂ ਗੇਟ ਖੋਲਦਾ ਜਾ ਕੇ ਬਾਕੀ ਕੰਮ ਬਾਅਦ ਆਈ ਐਮ ਸੌਰੀ ਆਈ ਰੀਲੀ ਡੋਨਟ ਨੋ ਵਾਈ ਥੀਸ ਡੋਰਸ ਆਰ ਲੌਕਡ ਮੈਨੂੰ ਸਾਨੂੰ ਪਤਾ ਮੈਡਮ ਜੀ ਕਾਹਨੂੰ ਕਵਰ ਹੋਣੇ ਸਾਲ ਤੋਂ ਜਾਣ ਕੇ ਕੀਤਾ ਮੈਂ ਖੂਨ ਦਿੰਦਾ ਇਹਨੂੰ ਡਾਕਟਰ ਸਾਹਿਬ ਕਿਵੇਂ ਖੋਲਿਆ ਤੁਸੀਂ ਇਹ ਨਾ ਉੱਤੇ ਚੜ੍ਹ ਕੇ ਤੇ ਬਾਲ ਬਾਅਦ ਵਿੱਚ ਹੀ ਮਾਰਨੀ ਮਾੜੀ ਜੀ ਕਰਕੇ ਬਾਲ ਛੱਡਣੀ ਆ ਬਾਲ ਅੱਛਾ ਬਾਲ ਵੀ ਚੱਟਣੀ ਨਾਲ ਹਾਂਜੀ ਬਾਲ ਹੀ ਜਾ ਕੇ ਵੱਜਦੀ ਉੱਥੇ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਮੈਂ ਸਾਲਾ ਹੱਥ ਮਾਰੀ ਜਾਂਦਾ ਮੈਨੂੰ ਤਾਂ ਲੱਗਦਾ ਨਹੀਂ ਫਿਰ ਓਕੇ ਬਾਲ ਹੋ ਸੌਲੀ ਬਾਲ ਹੱਥ ਨਹੀਂ ਆ ਰਹੀ ਉਹ ਬਾਲ ਆ ਜਾ ਦਾਦਾ ਵਾਧੂ ਆ ਗਈ ਪਤਾ ਨਹੀਂ ਪਤਾ ਨਹੀਂ ਪਰ ਮਤਲਬ ਖੁੱਲਿਆ ਨਹੀਂ ਹਲੇ ਬਾਲ ਵੱਜੀ ਨਹੀਂ ਉਹਦੇ ਉੱਤੇ ਬਲੱਡ ਸਟਾਪ ਕਰਿਆ ਕਰੋ ਹਾਂਜੀ ਬਾਈ ਹਾਂਜੀ ਹਜੇ ਸਿੱਖ ਰਹੇ ਹਾਂ ਬ੍ਰੋ ਹਜੇ ਸਿੱਖ ਰਹੇ ਹਾਂ ਹੌਲੀ ਹੌਲੀ ਦੇਖੋ ਹੁੰਦਾ ਹੈ ਕਿਆ ਉਹ ਭਰਾਵਾ ਇਹਦਾ ਪਹਿਲਾ ਆਪਰੇਸ਼ਨ ਆ ਤੁਸੀਂ ਹਸਪਤਾਲ ਬੰਦ ਕਰੋ ਉਹਨੂੰ ਫਿਰਦੇ ਹੋ ਨਹੀਂ ਬਾਈ ਬਣਦੀ ਨਹੀਂ ਬਾਈ ਗੱਲ ਤੁਸੀਂ ਕਿੱਧਰ ਮਾਰਨ ਨੂੰ ਰਹੇ ਹੋ ਨਹੀਂ ਨਹੀਂ ਉਹਦੇ ਮਾਰਨੀ ਨਹੀਂ ਬਸ ਉਹ ਇੱਧਰ ਨਹੀਂ ਹਾਂ ਉੱਥੇ ਉੱਥੇ ਹੀ ਉਹ ਜਿੱਥੇ ਉਹਦੇ ਵੇਚਦੀ ਉਹਨੇ ਉਹਨੇ ਮੁਰੇ ਵੇਚਦੀ ਹਾਂਜੀ ਹਾਂਜੀ ਉਹ ਠੀਕ ਆ ਮੈਂ ਗਲਤ ਪਾਸੇ ਲੱਗੇ ਹੋਏ ਆ ਅੱਜ ਡੱਬਾ ਚੱਕਣਾ ਪੈਣਾ ਪਹਿਲਾਂ ਠੀਕ ਹੈ ਠੀਕ ਹੈ ਡਾਕਟਰ ਸਾਹਿਬ ਮੈਂ ਲੈ ਆਂਦਾ ਇੱਧਰ ਡੱਬਾ ਤੁਹਾਡੇ ਲਈ ਆ ਜਾਓ ਆ ਜਾਓ ਆਉਣ ਦੋ ਆ ਰਿਹਾ ਆ ਰਿਹਾ ਲੋ ਫੜ ਬਹੁਤ ਇਹਨਾਂ ਮੈਂ ਫੜ ਕੇ ਰੱਖ ਦਾਂ ਡੱਬਾ ਡੈਟਨਾ ਪੇ ਚਲੋ ਆ ਖੁਦ ਹੱਥ ਜਾ ਜੇ ਇਹਦੀ ਪੈਨ ਆ ਗਈ ਡਾਕਟਰ ਸਾਹਿਬ ਡੱਬਾ ਫੜਦਾ ਮੈਂ ਨਾਈਸ ਗੋਲ ਭੈਣ ਜੀ ਤੁਸੀਂ ਤਾਂ ਟਪਾਈ ਦਿੱਤੀ ਆ ਚਲੋ ਉਹ ਠੀਕ ਹੈ ਓਪੀ ਓਪੀ ਹਾਂਜੀ ਹਾਂਜੀ ਇੰਨਾ ਰੋਜ਼ ਹੋ ਰਿਹਾ ਤੇ ਓਕੇ ਆ ਡੇਟ ਖੁੱਲਾ ਆ ਖੁੱਲਾ ਭੈਣ ਚੋਤ ਕਿੱਧਰ ਕੀ ਆ ਉਹ ਚਾਹੀਦਾ ਫੇਰ ਉੱਥੇ ਆ ਗਿਆ ਠੀਕ ਆ ਹੁਣ ਡਾਕਟਰ ਸਾਹਿਬ ਮੇਰੀ ਗੱਲ ਸੁਣੋ ਇੱਕ ਮਿੰਟ ਖੂਨ ਚੜਾ ਦਾ ਇਹਨੂੰ ਹੋਰ ਮੜੇ ਇੱਕ ਸਿੰਜ ਰਹਿ ਗਈ ਸੀ ਠੀਕ ਆ ਇਹਨੂੰ ਰੋਟ ਵੀ ਦੇ ਬਲੱਡ ਇਹਦਾ ਇੱਕ ਵਾਰ ਮੜੇ ਇੱਕ ਬਲੱਡ ਰੋਕਣ ਵਾਲੀ ਵੀ ਸਿਰਿੰਜ ਲਾਈ ਦਿੰਦੇ ਆ ਇਹਦੇ ਉਹਦੇ ਜੇ ਨਿਕਲੂਗੀ ਫੇਰ ਨਿਕਲ ਹੋਊਗਾ ਅੱਛਾ ਉਦੋਂ ਹਾਂਜੀ ਠੀਕ ਆ ਮੈਂ ਇੱਥੇ ਰੱਖ ਦਿੰਦਾ ਇਹ ਟੈਡ ਤੇ ਛੱਡ ਦੋ ਬਸ ਛੱਡ ਦੋ ਕੋਈ ਨਹੀਂ ਠੀਕ ਆ ਤੇ ਮੈਂ ਬਾਂਹ ਤੋੜਾਂ ਫਿਰ ਇੱਥੇ ਦੀ ਬਸ ਇੰਨਾ ਟਾਈਮ ਹੁਣ ਵੇਖ ਲਈ ਵੀ ਕਿਹੜੀ ਤੋੜੀ ਜਾਂਦਾ ਹੁਣ ਰੱਬਰ ਆਟਾ ਵਾਲ ਉੱਥੇ ਹਰੇ ਪਤਾ ਲੱਗੂ ਉਹ ਯਾਰ ਇਹ ਤਾਂ ਸਾਲ ਮੈਂ ਤੇ ਹਾਥੀ ਫੇਰੀ ਆ ਜਾ ਉਹ ਯਾਰ ਚੱਲ ਮੇਰਾ ਵੀਰ ਓਕੇ ਆਡੀ ਰੋਟੇ ਰੱਖਿਓ ਡਾਕਟਰ ਸਾਹਿਬ ਮੈਂ ਆ ਰਿਹਾ ਦੂਰਾਂ ਤੇ ਪ੍ਰੋਗਰੈਸ਼ਨ ਲੱਗ ਗਈ ਬੱਲੇ ਉਹ ਪੱਟ ਦੀ ਦੂਜੀ ਉਹ ਕੋ ਮਜ਼ਾ ਸਰੇਂਜ ਹੀ ਨਹੀਂ ਸਾਲੀ ਲੋਟ ਆਉਂਦੀ ਪਈ ਉਹ ਭੈਣ ਚੋ ਗਲਤ ਥਾਂ ਤੇ ਰੱਖਤੀ ਡਾਕਟਰ ਸਾਹਿਬ ਖੜੇ ਮੇਰੀ ਬਾਹਰ ਡੈਡ ਪੀ ਉਹਦੀ ਬਾਈ ਦੇ ਆੜੀ 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 ਡਾਕਟਰ ਸਾਹਿਬ ਲੱਗ ਜਾ ਆੜੀ 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 ਡੇਡ ਚੜ ਗਿਆ ਲੱਗ ਜਾ ਓ ਸ਼ਿਟ ਉਹ ਲੱਗੀ ਜਾਂਦੀ ਸੀ ਇਹਦਾ ਹੜਾ ਜਾ ਆਈ ਮਸ਼ੀਨ ਦੇ ਸੂਤੋਂ ਤੇ ਫੇ ਕਾਂ ਵਾਲੇ ਕਮਾਲ ਲਾ ਕੇ ਲੋਟ ਆਉਣਾ ਏ ਬ੍ਰੋ ਇਹ ਸਿਮੂਲੇਸ਼ਨ ਇਹ ਮਤਲਬ ਐ ਚਾਰ ਬੰਦੇ ਚਾਹੀਦੇ ਇਹਦੇ ਲਈ ਪੂਰੇ ਸਰਿੰਜ ਦੋ ਸਰਿੰਜਾਂ ਫੜੀ ਖੜੇ ਖੜੇ ਹੋ ਗਏ ਦੋ ਬੰਦੇ ਆਪਣੀ ਬਾਹ ਤੇ ਹੁਣ ਇੱਕ ਪਾਸੇ ਪਾਸ ਕਰਾਈ ਆ ਹਾਂ ਜੂਲੀਅਨ ਸੇਜ਼ ਦਿਸ ਵਨ ਸ਼ੁੱਡ ਬੀ ਬਾਹ ਹੁਣ ਕਰਦੇ ਆ ਬਸ ਲੈਟਸ ਜਸਟ ਸੀ ਅਬਾਊਟ ਦੈਟ ਇਹ ਹੋ ਗਿਆ ਓ ਡੋਨਟ ਗੋ ਆਫ ਇਨ ਅ ਹਫ ਅਗੇਨ ਅੱਜ ਨਹੀਂ ਸਾਲੇ ਬੀਜ਼ ਹੋਣ ਤੁਸੀਂ ਐ ਕਰੋ ਸਰਿੰਜਾਂ ਕੱਢੋ ਮੈਂ ਆ ਕਰਦਾ ਫਿਰ ਠੀਕ ਆ ਚਲੋ ਮੈਂ ਸਰਿੰਜਾਂ ਵਾਲਾ ਦੇਖਦਾ ਆਪਸ ਆਈ ਐਮ ਸੌਰੀ ਆਈ ਰੀਲੀ ਡੋਨਟ ਨੋ ਵਾਈ ਥੀਸ ਡੋਰਸ ਆਰ ਲੌਕਡ ਤੈਨੂੰ ਨਹੀਂ ਪਤਾ ਗੁੱਡੀ ਬਾਈ ਨੂੰ ਪਤਾ ਅਰੇ ਸਰਿੰਜ ਲਾਉਣਾ ਤੂੰ ਦੇਖ ਪਾਏ ਸੜਤਾ ਨਹੀਂ ਲੱਗੀ ਨਹੀਂ ਨਹੀਂ ਕੋਈ ਜੇ ਡਾਕਟਰ ਕਾ ਦੇਗਾ ਆਪਾਂ ਇਹ ਸਲਾ ਉਹ ਟਰੀ ਜਾਂਦਾ ਬਾ ਮੇਰੇ ਮੈਂ ਲਵਾਉਣੀ ਨਹੀਂ ਰੋਈ ਜਾਂਦਾ ਪਈ ਆ ਓਕੇ ਇੱਕ ਹੋਰ ਲਾ ਦਿੰਦੇ ਸਰਿੰਜ ਬਾਪ ਤੂੰ ਘਬਰਾਉਣਾ ਨਹੀਂ ਹੈਗਾ ਤੂੰ ਮਰਦਾ ਨਹੀਂ ਚੱਲ ਰਾਣੋ ਉਹ ਭੈਣ ਦੀ ਲਾਣ ਲਾ ਦੀਆਂ ਉਹ ਲਾ ਰਿਹਾ ਦੂਜੀ ਤੇ ਹੋ ਰਿਹਾ ਕੰਮ ਹਜੇ ਹੈਗਾ ਚਾਰ ਯਾਰ ਇੱਕ ਹੋਰ ਲਾਵਾਂ ਹਾਂਜੀ ਹਾਂਜੀ ਤੇ ਮੈਂ ਬਲੱਡ ਰੋਕਾਂ ਤੇ ਲੈ ਜਾਓ ਮੈਂ ਵੇਖ ਲਓ
ਇਹ ਤਾਂ ਤੁਸੀਂ ਲਾਓ ਮੈਂ ਲਾ ਤੁਹਾਨੂੰ ਹਾਂਜੀ ਬਾਹਰ ਕੱਢ ਕੇ ਲੈ ਜਾ ਸਾਹ ਲਾ ਕੇ ਇਹਦੀ ਉੱਤ ਮੈਂ ਨਾ ਨੂਬ ਦੋ ਬਾਹਾਂ ਤੇ ਹੁਣ ਦੋ ਨੂੰ ਦੇਖਣ ਤੇ ਲਾਇਆ ਉਹ ਉਹ ਦੇਖਣਾ ਰਿਹਾ ਉਹ ਡਾਕਟਰ ਦੇਖਣ ਨੂੰ ਦੌੜੋ ਕੰਮ ਚਲਾਉਣ ਦੇ ਨਾਲ ਸਰ ਪਹਿਲੀ ਬਾਂਹ ਕਿਧਰ ਕੱਢੀ ਸੀ ਪਹਿਲੀ ਬਾਂਹ ਫੜ ਲੋ ਇਹਦੀ ਲੈਫਟ ਲੈਫਟ ਕਿ ਰਾਈਟ ਸਾਰਾ ਸਮਝ ਨਹੀਂ ਆਉਂਦਾ ਪਏ ਲੰਮੇ ਦਾ ਇਹਦਾ ਪਤਾ ਲੈਫਟ ਲੈਫਟ ਬੋਫ ਵੇਅਰ ਇਜ਼ ਯੋਰ ਲੈਫਟ ਹਾਂ ਮੈਂ ਨਾ ਪਤਾ ਨਹੀਂ ਚੱਲਿਆ ਮਿੰਟੋ ਮਿੰਟੇ ਚਲੋ ਫਿਰ ਦੋਵੇਂ ਚੱਲ ਵੜਦੇ ਆ ਖੜੋ ਖੜੋ ਡਾਕਟਰ ਸਾਹਿਬ ਫਿਰ ਬਲੱਡ ਕੌਣ ਰੋਕੂਗਾ ਤਾਂ ਮੈਂ ਬਲੱਡ ਰੋਕਦਾ ਤੁਸੀਂ ਕਰੋ ਕੰਮ ਇਹ 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 ਚੱਕ ਲਈ ਚਲੋ ਜੀ ਇਹ ਪੱਟ ਲਈ ਆ ਜਾ ਰਾਣੂ ਚੱਲ 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 ਡਾਕਟਰ ਸਾਹਿਬ ਟੀਕਾ ਨਹੀਂ ਲਾਉਂਦਾ ਪਿਆ ਮੇਰੇ ਕੋਲ ਉਹ ਲਾ ਦੋ ਮੇਰਾ ਟੀਕਾ ਲਾ ਦੀ ਠੀਕ ਹੈ ਠੀਕ ਹੈ ਦੂਜੀ ਅਜੇ ਪੱਟੇ ਹੋਣਾ ਖੜੋ ਇੱਕ ਮਿੰਟ ਮੈਂ ਬਲੱਡ ਭਰਦਾ ਇਹ ਚ ਨਵਾਂ ਬਲੱਡ ਬਲੱਡ ਨਹੀਂ ਮਿਲਣਾ ਹੋਰ ਬਲੱਡ ਹੈ ਨਹੀਂਗਾ ਮੁੱਕ ਗਿਆ ਮੁੱਕ ਕੇ ਮੁੱਕ ਗਿਆ ਹੀ ਤਾਂ ਰੌਲਾ ਕੋਈ ਚੱਕਰ ਨਹੀਂ ਮੈਂ ਬਲੱਡ ਹੀ ਰੋਟ ਲੂੰਗਾ ਇਹਦਾ ਤੇ ਰੈਡੀ ਇੱਕ ਮਿੰਟ ਦੱਸਦਾ ਤੁਹਾਨੂੰ ਦੱਸਦਾ ਹੁਣ ਉਹ ਸੈਟਿੰਗ ਕਰ ਲੈਣਾ ਤੁਸੀਂ ਉਹ ਭੈਣ ਦੀ ਲੈਣ ਮੇਰੀ ਆਪਦੀ ਬਾਂਹ ਮੁੜ ਗਈ ਮਤਲਬ ਮੇਰਾ ਆਪਦਾ ਆਪਰੇਸ਼ਨ ਹੋਊਗਾ ਪਹਿਲਾਂ ਓਕੇ ਇੱਧਰ ਹੱਥ ਨਾ ਕੋਈ ਨਹੀਂ ਗਾਈਸ ਸੈੱਟ ਰਹੇ ਹਾਂ ਹਲੇ ਯਾਰ ਨਵੀਂ ਨਵੀਂ ਆਈ ਹੈ ਵੇੜਾ ਕਰੋ ਕਾਹਨੂੰ ਘਬਰਾਉਣ ਓਕੇ ਡਾਕਟਰ ਸਾਹਿਬ ਲੈ ਜਾਓ ਕੱਢ ਕੇ ਪੜਤੀ ਭੈਣ ਚੋਦ ਉਹ ਯਾਰ ਇਹਦੇ ਟੀਕਾ ਉਹ ਭੈਣ ਚੋ ਮੇਰੇ ਤੋਂ ਦੂਜੀ ਬੈਠੇ ਡਾਕਟਰ ਦਾ ਦੂਜੀ ਪਾ ਲੈ ਲਾਤੀ ਲਾਤੀ ਆ ਜਾ ਲਾਤੀ ਲਾਤੀ ਆ ਗਈ ਆ ਗਈ ਮਤਲਬ ਹੋਇਆ ਨੀ 400 ml ਤਾਂ ਥੋੜਾ ਜਿਹਾ ਰਹਿ ਗਿਆ 300 ਕੁ ਜਾਵੜੇ ਮੈਨੂੰ ਲੱਗਦਾ ਆਪਣਾ ਹੌਲੀ ਹੌਲੀ ਸਟ੍ਰੀਮ ਬਹੁਤ ਜ਼ਿਆਦਾ ਭਾਰੀ ਆਣੀ ਆ ਜੇ ਸਟਾਰਟ ਹੋਈ ਆ ਘਬਰਾਓ ਡਾਕਟਰ ਸਾਹਿਬ ਇਕੱਲੇ ਨਾ ਜਾਏ ਡੁਬਾ ਦੇਣਾ ਜਾਵਾਂ ਮੈਂ ਚਲੋ ਚਲੋ ਪਿੱਛੇ ਤੁਹਾਡੇ ਚਾਹ ਡੇਢ ਖੁੱਲ੍ਹਾ ਭੈਣ ਚੋ ਸਫਾਈ ਜਮਾ ਨੀ ਹੈ ਆਪਰੇਸ਼ਨ ਥੀਏਟਰ ਚ ਅੱਛਾ ਇਧਰ ਤਾਂ ਬਾਈ ਦੂਜੇ ਵੀ ਪਏ ਆ ਅੰਦਰਲੇ ਕਿਹੜੇ ਆ ਜੀ ਚੀਜ਼ ਵੱਡੀਆਂ ਲਾਰਜ ਇੰਟੈਸਟਾਈਨ ਲੈਫਟ ਆਰਮ ਰਾਈਟ ਆਰਮ ਠੀਕ ਹੈ ਇੱਥੇ ਆਪਣੀਆਂ ਲੱਤਾਂ ਤੇ ਆਪਾਂ ਲਾਰਜ ਇੰਟੈਸਟਾਈਨ ਮਿਲ ਰਿਹਾ ਤੇ ਗਾਈਸ ਮੈਂ ਤੁਹਾਨੂੰ ਦੱਸ ਦਵਾਂ ਮੇਰੀ ਮੈਡੀਕਲ ਕਰੀ ਹੋਈ ਆ ਥੋੜ੍ਹੀ ਬਹੁਤੀ ਮੇਰੀ ਨੌਲੇਜ ਹੈਗੀ ਆ ਜਿਹੜੀ ਲਾਰਜ ਇੰਟੈਸਟਾਈਨ ਆ ਉਹ ਲਾਰਜ ਇੰਟੈਸਟਾਈਨ ਨਹੀਂ ਹੁੰਦੀ ਹੈਗੀ ਉਹ ਸਮਾਲ ਹੁੰਦੀ ਮਤਲਬ ਉਹਦਾ ਨਾਮ ਹੀ ਲਾਰਜ ਹੈ ਡਾਕਟਰ ਸਾਹਿਬ ਆਪਰੇਸ਼ਨ ਥੀਏਟਰ ਕਿੱਥੇ ਹੈ ਮੈਂ ਨਾਲੇ ਕਿਹਾ ਇਕੱਲੇ ਨਾਲ ਬੇਸਿਟ ਰਹੇ ਮੈਨੂੰ ਵੀਰਾਂ ਲੱਭ ਗਈਆਂ ਤਾਂ ਗਲਤ ਥਾਂ ਤੇ ਠੰਡੀਆਂ ਲੰਘ ਗਈਆਂ ਵੀਰਾਂ ਆ ਜਾ ਮੈਂ ਨਾ ਬਾਅਦ ਬਾਅਦ ਬਚਾਉਣੇ ਮੈਂ ਬਹਿਣ ਲੱਗਿਆ ਆਪੜਾ ਡਾਕਟਰ ਸਾਹਿਬ ਆਇਓ ਫਿਰ ਦੇਖ ਕੇ ਜਾ ਕੇ ਆ ਜਾ ਡਾਕਟਰ ਜਨ ਗਨ ਮਨ ਅਧਿਨਾਇਕ ਜਾਇ ਭਾਰਤ ਆਈ ਗੈਸ ਯੂ ਨੀਡ ਐਨ ਆਰਮ ਟੂ ਗੈਟ ਥਰੂ ਹੇਅਰ ਇਹ ਬਾਹ ਚਾਹੀਦੀ ਇੱਕ ਬਾਹ ਲੈ ਕੇ ਆਇਓ ਬਾਹ ਮੈਨੂੰ ਹੁਣੇ ਨਿਕਲਣੀ ਨਹੀਂ ਨਾ ਬਾਹ ਵੱਟੇ ਬਾਹ ਦੇਣੀ ਪੈਣੀ ਉਹਨਾਂ ਨੂੰ ਆਪਣੀ ਦੇ ਨਹੀਂ ਉੱਥੇ ਪਈ ਉੱਥੇ ਹੋਣੀਆਂ ਉੱਥੇ ਹੈ ਨਹੀਂ ਜੀ ਬਾਈ ਕੋਈ ਬਾਹ ਨਹੀਂ ਹੈ ਜੀ ਇੱਥੇ ਨਹੀਂ ਮੈਂ ਤੌਲੀਆ ਲੈ ਕੇ ਆਇਆ ਬਾਹ ਵਿਚਾਰਾ ਰੋ ਰਿਹਾ ਹੁਣ ਤੌਲੀਆ ਨਹੀਂਗਾ ਦੂਜਾ ਹੜ ਜਾ ਪਿਆ ਉਹਨਾਂ ਟੈਸਟੀਕਲਸ ਵੀ ਹੁੰਦੇ ਟੈਸਟੀਕਲਸ ਹੈ ਨਹੀਂ ਯਾਰ ਬਾਹ ਦੇ ਬ్రో ਟ੍ਰਾਂਸਪਲਾਂਟੇਸ਼ਨ ਟ੍ਰਾਈ ਹੋਈ ਆ ਮਤਲਬ ਕਿ ਮੈਂ ਲੈਫਟ ਆਮ ਲੈ ਅੱਛਾ ਆਹ ਤਾਂ ਕੰਮ ਗਲਤ ਹੋ ਗਿਆ ਮਤਲਬ ਕਿ ਉਹਨੇ ਫੁੱਦ ਫਿਰ ਪਹਿਲਾਂ ਪੱਟਣਾ ਹੈ ਪੱਟਣਾ ਪੈਣਾ ਇਹਦਾ ਮਤਲਬ ਪਹਿਲਾਂ ਬਾਹ ਹੋਈ ਓਕੇ ਆ ਕੋਈ ਫੋਰਿੰਗ ਸਟੂਡੀਓ ਕਰਨਾ ਪਰ ਐ ਚੱਕਰ ਹੁਣ ਇਹ ਬਹੁਤ ਫਸ ਰਿਹਾ ਸਾਲਾ ਬਾਬ ਨੂੰ ਜਾਣਾ ਕਿਵੇਂ ਬਾਬ ਟੋਲੇ ਪਤਾ ਨਹੀਂ ਡੇਟਾਂ ਜੀ ਬਚੀ ਮੈਂ ਸਾਲਾ ਤੌਲੀਆ ਚੱਟੀ ਫਿਰਦਾ ਹੈ ਨਾ
ਉੱਪਰ ਜਾਣ ਵਾਸਤੇ ਗੇਟ ਖੋਲਣਾ ਪੈਣਾ, ਗੇਟ ਖੋਲਣ ਵਾਸਤੇ ਆਪਾਂ ਨੂੰ ਬਾਂਹ ਚਾਹੀਦੀ ਆ। ਸਾਲੇ ਆਪਦੀ ਧਰਤੀ ਉੱਤੇ 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 ਸਰਜਰੀ ਆ ਸਰਜਰੀ ਰੂਮ ਬੰਦ ਆ ਹੁਣ। ਹਾਂਜੀ ਆਪਾਂ ਉੱਪਰ ਦੀ ਇੱਧਰ ਤੇ ਜਾਣਾ ਪੈਣਾ, ਵੇਖੋ ਤਾਂ ਉੱਪਰ ਤੇ ਜਾਣਾ ਪੈਣਾ, ਉੱਪਰ ਬਾਂਹ ਪਾਲਦੇ ਆ ਜਿਹੜੀ ਮਰਜ਼ੀ ਆ ਜਾਏ ਗੱਲ ਦੀ। ਦੂਰ ਕਰਕੇ ਫੜਦੇ ਆ। ਆਈ ਨੋ ਉਹਦਾ ਨਾਮ ਹੀ ਲਾਰਜ ਹੁੰਦਾ, ਉਹ ਤਾਂ ਹੁੰਦਾ ਕਿਉਂਕਿ ਉਦਾਂ ਹੋਰ ਵੱਡਾ ਯਾ ਬ੍ਰੋ, ਤੁਸੀਂ ਪ੍ਰੋ ਪਲੇਅਰਸ, ਤੁਹਾਨੂੰ ਸਭ ਪਤਾ, ਤੁਸੀਂ ਮੈਡੀਕਲ ਰੱਖੀ ਹੋਈ ਆ ਕਿ ਜੀ? ਆਏ ਨਹੀਂ ਉੱਥੇ ਡਾਕਟਰ ਸਾਹਿਬ ਤੇ ਲੰਘਣਾ, ਅੱਜ ਇੱਧਰ ਦੀ ਜਾਣਾ ਆਪਾਂ। ਉਹ ਠੀਕ ਆ ਸਮਝ ਗਿਆ, ਮੈਂ ਦਿੱਲਾ ਲੈ ਜਾ, ਤੁਸੀਂ ਆਪਰੇਸ਼ਨ ਥੀਏਟਰ ਦੇਖਿਆ ਜਿੱਥੇ ਡਾਕਟਰ ਨੂੰ ਪਹਿਲਾਂ ਉਹ ਟਰਿਆ ਹੋਵੇ ਵੀ ਬੌਬ ਟੋਲੇ ਪਹਿਲਾਂ ਪਹੁੰਚੋ ਪੈਣ ਦਿੱਲਾ ਨੂੰ ਚਾਰ ਕੇ ਡਾਕਟਰ ਸਾਹਿਬ ਧੱਕਾ ਮਾਰੀ ਜਾਂਦੇ ਉਹ ਪਕਾਉਣ ਗੱਲ ਪਤਾ ਕੀ ਆ। ਬਾਈ ਬਹੁਤ ਭਾਲਦੇ ਆ, ਕੀ ਭਾਲਦੇ ਆ, ਕਿੱਥੇ ਮਿਸ਼ਨ ਕਿੱਥੋਂ ਪਤਾ ਲੱਗਦਾ? ਉਹ ਜਿਹੜੇ ਹਰੇ ਹਰੇ ਜਿਹੜੇ ਹੁੰਦੇ ਨਾ, ਹਰੇ ਜੇ ਕਿਹੜੇ ਜਿਹੜੇ ਹਰੇ ਜਗੀ ਜਾਂਦੇ ਆ, ਵੇਖੋ ਲਾਓ ਸਕਰੀਨ ਤੇ ਵੇਖੋ ਇੱਧਰ ਉੱਥੇ ਹੋ ਉੱਠੀ ਜਿਹੜੇ ਹਰੇ ਐਟ ਉਹਦੇ ਬਾਹ ਪਾਉਣੀਆਂ, ਮਤਲਬ ਉਹਦੇ ਬਾਹ ਲਾਉਣੀਆਂ ਉੱਥੇ। ਹਾਂਜੀ ਹਾਂਜੀ, ਬਾਹ ਨਹੀਂ ਪਾਉਣੀ ਉਹਦੇ ਬਾਹ ਪਾਉਣੀ, ਮਤਲਬ ਬਾਹ ਉਹਦੇ ਇੱਕ ਲਾਉਣੀ ਹੈ ਚੇਂਜ ਕਰਕੇ, ਤੇ ਇੱਕ ਉਹਦੇ ਲੱਤ ਲਾਉਣੀ ਹੈ, ਇੱਕ ਉਹਦਾ ਕੁਛ ਕੱਢਣਾ ਆਪਾਂ ਲਾਰਜ ਉਹ ਲਾਰਜ ਇੰਟੈਸਟਾਈਨ ਉਹ ਲਾਰਜ ਇੰਟੈਸਟਾਈਨ। ਤੇ ਹੁਣ ਸਭ ਤੋਂ ਪਹਿਲਾਂ ਦੀ ਬੌਬ ਦੀ ਹੈਲਥ ਕਿੰਨੀ ਹੈ? 5600। ਤੇ ਡਾਕਟਰ ਸਾਹਿਬ ਆਪਣੇ ਕੋਲ ਟੀਰਾ ਜਿੱਥੇ ਇਹਦਾ ਬਲੱਡ ਰੁਕਣ ਵਾਲਾ ਉਹ ਲੱਭਣੇ ਪੈਣੇ ਵੀਰ। ਡਾਕਟਰ ਸਾਹਿਬ ਤੁਹਾਡਾ ਨਾਂ ਤੇ ਨਾਮ ਤਾਂ ਦੱਸੋ, ਸੱਚ ਨਾਂ ਨਹੀਂ ਦੱਸਿਆ ਤੁਸੀਂ? ਮੇਰਾ ਬਾਈ ਨਾਂ ਹੈ ਡਾਕਟਰ ਅਨੰਤ। ਨਹੀਂ ਨਹੀਂ ਉਹ ਨਹੀਂ ਉਹ ਨਹੀਂ ਉਹ ਨਹੀਂ, ਕੋਈ ਆਪਣਾ ਨਾਮ ਬਦਲੀਏ ਯਾ 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 ਕੋਈ ਅੱਛੇ ਵਾਲਾ ਡਾਕਟਰ ਘੁੰਗਰੂ। ਹਾਂਜੀ ਹਾਂਜੀ ਅਨੰਤ ਅਮਨ ਮੋਂਡਾ ਜੀ, ਵੈਲਕਮ ਟੂ ਦਾ ਲਾਈਵ ਸਟ੍ਰੀਮ ਭਰਾ, ਧੰਨਵਾਦ ਤੇਰਾ ਆਉਣ ਲਈ ਲਾਈਵ ਸਟ੍ਰੀਮ ਤੇ। ਆ ਹੀ ਰਿਹਾ ਹੈ ਟਾਈਮ ਕੱਢ ਕੇ, ਲੱਭਦਾ ਨਹੀਂ ਸੀ ਤੂੰ ਆਏਗਾ। ਸਾਡੀ ਫਾਈ ਵਾਲੀ ਮੈਡਮ ਦੀ ਉਮਰ ਬਹੁਤ ਆ, ਬਹੁਤ ਘੱਟ ਹੁੰਦੀ ਸੀ, ਸੋਹਣੀ ਵਾਲੀ ਸੀ, ਉਹਦੀ ਕਲਾਸ ਧਿਆਨ ਲਾਉਂਦੀ ਹੁੰਦੀ ਸੀ। ਆਏ ਠੀਕ ਆ ਠੀਕ ਆ ਠੀਕ ਆ, ਸਾਰੇ ਲਾਉਂਦੇ ਹੋਣਗੇ ਹਨ ਬਾਹਰ ਕੀ ਹੋ ਰਿਹਾ ਉਹ ਪੈਣ ਦੀ ਲਾ ਲੈ ਗਈ ਡਾਕਟਰ ਸਾਹਿਬ ਮੈਂ ਚੱਲ ਓਏ ਉੱਧਰ ਜਾਣ I'm sorry to report that this area is not set up as intended. I'm afraid you'll need to improvise. ਮਤਲਬ ਅੱਛਾ ਅੱਛਾ ਬਾਹ ਦੂਜੀ ਚਾਹੀਦੀ ਸੀ। ਉਹ ਠੀਕ ਆ ਠੀਕ ਆ ਠੀਕ ਆ, ਲੱਗ ਗਿਆ ਪਤਾ। ਆਡੀ ਬਾਹ ਨਹੀਂ ਚਾਹੀਦੀ। ਨਹੀਂ ਨਹੀਂ ਡਾਕਟਰ ਸਾਹਿਬ ਰੋਟੀ ਰੱਖੋ ਤੁਸੀਂ, ਆਪਾਂ ਨੂੰ ਬਾਹ ਦੂਜੀ ਚਾਹੀਦੀ ਸੀ ਵੀਰ। ਮੈਂ ਤੁਹਾਨੂੰ ਦੱਸ ਰਿਹਾ ਰੋਟੀ ਦਾ ਤੁੱਤ ਵੀ ਉਹਨੂੰ, ਮੈਂ ਆ ਰਿਹਾ ਫੜਜ ਪਹਿਲਾਂ ਖੂਨ ਦਿਲ ਗਿਆ ਬਾਈ। ਸਮਝ ਨਹੀਂ ਆਈ ਬਾਈ ਜ਼ੁਲਮੀ। ਓਕੇ 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 ਓਕੇ, ਪਤਾ ਚੜਦਾ ਮੈਨੂੰ ਲੱਗਦਾ ਉਹਦੇ ਆਵਾਜ਼ ਟਾਈ ਜੀ ਆਉਣ ਲੱਗ ਗਈ। ਫੋਨ ਲੈ ਤੇ ਓਵਰ ਬਲੱਡ ਨਾਲ ਹੀ ਮਾਰਦੀ ਹੈ ਭੈਣ ਦੀ ਲਾ, ਉਹਨੇ ਕਹਿਣਾ ਬਲੱਡ ਹੀ ਚੜ੍ਹੀ ਜਾਂਦੀ। ਓਕੇ 3300 ਬਲੱਡ ਹੈਗਾ ਹੁਣ ਇਹਦੀ ਲੱਤ। ਹਟ ਜਾ ਇੱਕ ਹੋਰ ਹੈਗੀ, ਹਟ ਜਾ। ਉਹ ਨਹੀਂ ਬਾਹ ਆਪਾਂ ਨੂੰ ਉਰਲੀ ਚਾਹੀਦੀ ਸੀ ਨਾ, ਇੱਧਰਲੀ ਪੱਟਣੀ ਸੀ, ਆਪਾਂ ਬਾਹ ਗਲਤ ਪੱਟ ਲਈ ਵੀਰ। ਅੱਛਾ ਤੇ ਗਲਤ ਮੈਂ ਪੱਟੀ ਸੀ, ਮਤਲਬ ਮੈਂ ਕਿਹੜਾ ਪੱਟੀ ਲੈ ਕੇ ਡੇਗ ਪਈ ਫੱਟ, ਮੈਨੂੰ ਉੱਤੇ ਬਾਹ ਨਹੀਂ ਆਉਣ,
ਮੈਂ ਤਾਂ ਇਸ ਰੇਂਜ ਹੀ ਲਾਈ ਸੀ ਉਹ ਜਿਹੜੀ ਬਚੀ ਹੋਈ ਸੀ ਬਾਹਾਂ ਮੈਂ ਚੱਕ ਲਿਆ ਹੁਣ ਉੱਥੇ ਬਾਹ ਹੈ ਨਹੀਂ ਮਤਲਬ ਨਹੀਂ ਬਾਹ ਫਿਰ ਦੂਜੀ ਚਾਹੀਦੀ ਨਾ ਆਪਾਂ ਨੂੰ ਹੁਣ ਲੈਫਟ ਡਾਕਟਰ ਸੁਰੇਸ਼ ਹਮੇ ਆਪਣੀ ਹੈਗੀ ਹੈ ਕਿ ਹੈਗੀ ਲੈ ਉਹ ਪਈ ਹਾਂ 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 ਪਈਆ 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 ਡਾਕਟਰ ਸਾਹਿਬ ਕੱਢ ਕੇ ਰੱਖੋ ਬਾਹ ਦੀ ਤੁਸੀਂ ਲਿਓ ਬਾਹ ਫੇਰ ਕੱਢਾਂਗੇ ਆਪਾਂ ਯਾ 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 ਓ ਟੇ ਉੱਤੇ ਘਬਰਾਉਣਾ ਨਹੀਂ ਬਾਹ ਤੋਂ ਵੱਜ ਜਾਏਗਾ ਘਬਰਾਈ ਉਹ ਪੜਤੀ ਉਹ ਡਾਕਟਰ ਸਾਹਿਬ ਆ ਗਿਆ ਉੱਤੇ ਉੱਤੇ ਉਹ ਬਾਂਡ ਐਟ ਵੀ ਬਾਂਡ ਐਟ ਵੀ ਬਾਂਡ ਐਟ ਵੀ ਮੇਰਾ ਤਾਂ ਆਪਦੇ ਬੰਦੇ ਦਾ ਸਿਰ ਨਹੀਂ ਮੇਰਾ ਉਹ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਨਹੀਂ 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 ਉਹ ਕੁਛ ਦਿਖਾ ਰਹੇ ਆ ਪੁਆਇੰਟ ਜਿਹਾ ਪੜ ਜਾਓ ਔਰ ਉੱਥੇ ਉਹ ਰੈਡ ਹੈ ਬਤਨ ਦਰ ਪਿਆ ਦਾ ਕੀ ਚੱਕਰ ਆ ਇਸ ਵਾਲੀ ਬਾਂਹ ਦੇ ਵਿੱਚ ਮੈਨੂੰ ਲੱਗਦਾ ਉਹ ਜੀ ਪੀ ਐਸ ਚਿੱਪ ਲੱਗੀ ਹੋਈ ਆ ਮੈਨੂੰ ਲੱਗਦਾ ਬਾਂਹ ਗਲਤ ਆ ਪੈਂਦੀ ਲਾਲ ਉਹ ਆਪ ਸੱਜੀ ਵਾਲੀ ਪਾ ਦਿੱਤੀ ਥੱਲੇ ਵੱਟ ਗਏ ਇੱਧਰ ਅਰੇ ਮੈਂ ਬਾਂਹ ਵੇਖ ਕੇ ਉਹਨਾਂ ਉੱਧਰ ਪਈ ਬਹੁਤ ਗਲਤ ਉਹ ਦੇਖੋ ਬਾਈ ਯਾਰ ਉਹ ਗਲਤ ਬਾਹ ਲਾਟੀ ਉਹ ਕਿਵੇਂ ਬੈਠਾ ਇਹ ਬਾਂਹ ਹੈ ਕਿਹੜੀ ਸੱਜੀ ਇੱਕ ਬਾਂਹ ਹੋਰ ਪਈ ਥੱਲੇ ਪਤਾ ਨਹੀਂ ਯਾਰ ਖੜਜ ਮੌ ਲੈ ਕੇ ਆਉਣਾ ਡਾਕਟਰ ਸਾਹਿਬ ਜਲਦੀ ਲੈ ਕੇ ਆਓ ਖੜਜ ਹੈ ਨਾ ਗੱਡੀ ਖੋਲਤੀ ਸ਼ਰਮ ਨਾਲ ਹੀ ਮਰ ਜਾਣਾ ਨਹੀਂ ਮੈਂ ਟੋਲ ਲੈਣੀ ਨਹੀਂ ਆ ਗਏ ਆ ਗਏ ਆ ਗਏ ਡਾਕਟਰ ਆ ਗਏ ਉਹ ਟੁੱਟੇ ਡਾਕਟਰ ਵੱਡੇ ਆ ਗਏ ਆ ਗਏ ਮੈਨੂੰ ਲੱਗਦਾ ਡਾਕਟਰ ਸਾਹਿਬ ਆਪਾਂ ਉਹਦੀ ਗਲਤ ਬਾਹ ਲਾਈ ਜਾਂਦੇ ਬਾਹ ਉੱਧਰ ਨੀ ਲਾਉਣੀ ਆ ਬੜੇ ਲਾਰੇ ਦੇਖਿਓ ਇਰਮੜਾ ਲਾਇਓ ਬਾਹ ਆਲੀ ਮੈਂ ਇਹਦੇ ਵਾਪਸ ਲਾ ਦਿੰਦਾ ਜਿਹੜੀ ਇਹਦੀ ਸਿੱਟੀ ਆ ਆਪਾਂ ਕੁਛ ਚੀਜ਼ ਮਿਲੀ ਆਪਾਂ ਖੋਲ ਲਈਏ ਜਦ ਤੱਕ ਬਾਈ ਦਾ ਮੈਨੂੰ ਲੱਗਦਾ ਡਿਸਕਨੈਕਟ ਹੋ ਗਿਆ ਇਹ ਸੀਜ਼ਨ 1 ਦਾ ਰੋਇਲ ਪਾਸ ਆ ਇਹਦਾ ਸਵਾਦ ਉੱਪੀ ਬਸ ਠੀਕ ਆ ਬਾਈ ਸਵਾਦ ਆਉਣਾ ਚਾਹੀਦਾ ਆਪਾਂ ਗੇਮ ਉਹੀ ਆ ਤੁਹਾਨੂੰ ਮੈਂ ਪਹਿਲਾਂ ਦੱਸਿਆ ਮੈਂ ਤੁਹਾਨੂੰ ਗੇਮ ਦਾ ਚੱਕਰ ਨਹੀਂ ਆਉਣਾ ਚਾਹੀਦਾ ਤੁਹਾਨੂੰ ਫਨ ਆਉਣਾ ਚਾਹੀਦਾ ਗੇਮ ਆਪਾਂ ਤੁਹਾਨੂੰ ਵਧੀਆ ਫਨੀ ਫਨੀ ਲਿਆਵਾਂਗੇ ਓਕੇ ਆਹ ਡਾਕਟਰ ਆ ਉਹ ਭੈਣ ਦੀ ਲਾਲ ਅੰਦਰ ਹੀ ਵੜ ਗਏ ਬਾਈ 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 ਕਿੱਧਰ ਚਲੇ ਗਏ ਬਾਈ ਦੀ ਵੇਟ ਕਰਦੇ ਤਾਂ ਟੈਚੀਆਂ ਨਰਸਾਂ ਇੱਥੇ ਹੀ ਧਾਰ ਜਾਂਦੇ ਓਹ ਨਾਈਸ ਐਪਲਸ ਇਹ ਸਾਡੇ ਦੂਜੇ ਡਾਕਟਰ ਦੀ ਟੈਚੀ ਆ ਮੈਂ ਸਾਈਡ 'ਤੇ ਰੱਖ ਦਿੰਦਾ ਓਹ ਨਾਈਸ ਸੇਫ ਖਾਂਦੇ ਹਾਂ ਉਹ ਭੈਣ ਦੀ ਲੈਣ ਮੈਂ ਸਾਰੀ ਚੱਕ ਲਿਆ ਇੱਟ ਖਾਣਾ ਉਹ ਛੱਡ ਦੇ ਇਹ ਕਿਹੋ ਜਿਹਾ ਡਾਕਟਰ ਇਹ ਡਾਕਟਰ ਹੈ ਰਾਕੇਸ਼ ਕੁਮਾਰ ਇਹਨਾਂ ਦੀ ਬੀ ਐੱਸ ਸੀ ਨਰਸਿੰਗ ਕਰੀ ਹੋਈ ਹੈ ਅਤੇ ਓਪਰੇਸ਼ਨ ਕਰਨ ਲੱਗੇ ਹੋਏ ਨੇ ਨਰਸਿੰਗ ਕਰਕੇ ਸੋਹਣੀ ਨਹੀਂ ਆਉਂਦੀ ਮੈਨੂੰ ਲੱਗਦਾ ਇਹਨਾਂ ਬੂਥਾ ਭੈੜਾ ਕਾ ਤੋਂ ਸ਼ੀਸ਼ਾ ਮੈਨੂੰ ਲੱਗਦਾ ਉਹ ਧੁੰਦਲਾ ਗਿਆ ਸੜੀ ਹਜੇ ਵੀ ਭੈੜੀ ਆ ਉਹ ਸ਼ਕਲੀ ਭੈੜੀ ਆ ਭੈਣ ਚੋਂ ਯਾਰ ਟਮਾਟੇ ਨਿੱਟ ਸੀ ਵਿਚਾਰਾ ਉਹ ਟਾਈਮ ਦਾ ਜਿਹਨੇ ਕਿਸਾਨ ਧਰਨੇ 'ਤੇ ਜਾ ਰਹੇ ਹੋ ਉਹਨਾਂ ਦੀਆਂ ਗੱਡੀਆਂ ਟਰੈਕਟਰ ਫਰੀ ਚਾਰ ਬੱਚੇ ਆਪਣੀ ਗੱਡੀ ਡੈਜ ਮੈਂ ਮਾੜੇ ਬਾਥਰੂਮ ਜਾ ਕੇ ਆਇਆ ਓਕੇ ਮੈਂ ਮਾੜੇ ਬਾਥਰੂਮ ਜਾ ਕੇ ਆਇਆ
ਸੀ ਮਾੜਾ ਮੇਰੀ ਹਲਕੀ ਜੀ ਓ ਸ਼ਿਟ 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 ਸਟ੍ਰੀਮ ਨਾ ਬੰਦ ਹੋ ਰਹੀ ਹੋਵੇ ਮੇਰੀ ਠੀਕ ਹੈ ਗਾਈਸ ਆਇਆ ਮੈਂ ਜਾ ਕੇ ਬਾਥਰੂਮ हेलो है मित्रों नाल ही हो बाट तो नहीं रहे आप बता दीजिए आप हमें बिल्कुल फिर मत ट्रेना चेक 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 चल रही है पूरे ही चले जाओ माड़ा जहा भाई सुसू डरन डिया वाह आ रहा सुसू डर आंदा ਬਾਈ ਪਤਾ ਕਿੱਧਰ ਚੱਲ ਰਿਹਾ ਮੈਂ ਮਾੜਾ ਬਾਈ ਨੂੰ ਮਾੜਾ ਪੁੱਛ ਰਿਹਾ ਆ ਬਾਈ ਕਿੱਧਰ ਚੱਲ ਰਿਹਾ ਬਾਈ ਸਾਡੀ ਲਾਈਟ ਫਲਿੱਕ ਹੋ ਰਹੀ ਸਾਰਾ ਕੁਛ ਬੰਦ ਹੋ ਰਿਹਾ ਸੀ ਅੱਛਾ 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 ਆ ਜਾ 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 ਕੋਈ ਟੱਕਰ ਨਹੀਂ ਲਓ ਵੀ ਮੁੰਡਿਓ ਦੁਬਾਰਾ ਸ਼ੁਰੂ ਕਰਨ ਲੱਗੇ ਹਾਂ ਹਟਿਆ ਨਹੀਂ ਹਾਂਜੀ ਹਾਂਜੀ ਇੱਥੇ ਆ ਮਾੜਾ ਜਿਹਾ ਟਿਉਂ ਪੂਰਾ ਹੀ ਸਹੀ ਗੱਲ ਆ ਸਹੀ ਗੱਲ ਉਹ ਮੈਂ ਉੱਦਾਂ ਕਿਹਾ ਸੀਗਾ ਮਾੜਾ ਜਿਹਾ ਐਂ ਜਿਹਾ ਫੀਲ ਹੀ ਚੱਟਿਆ ਜਾ ਤੁਸੀਂ ਟੌਕਸਿਸਿਟੀ ਦੀ ਹੱਦ ਹੁੰਦੀ ਹੈ ਉੱਤੇ ਬਸ ਬਾਈ ਨੂੰ ਆ ਲੈਣ ਦਿਓ ਚੱਲਦੇ ਹਾਂ ਬਾਈ ਆ ਲੈਣ ਦਿਓ ਬਾਈ ਆ ਰਿਹਾ ਡਾਕਟਰ ਸਾਹਿਬ ਬੜਾ ਤਟ ਕਰੀ ਜਾਂਦੇ ਹੋ ਤੁਸੀਂ ਬਹੁਤ ਮਰਵਾ ਪੈਨ ਲੈਡ ਸਾਰੀ ਫਲਿੱਪ ਹੋ ਗਈ ਤੁਸੀਂ ਬਹੁਤ ਮਰਵਾ ਤਾ ਡਾਕਟਰ ਸਾਹਿਬ ਕੀ ਡਲ ਕਰੀ ਜਾਂਦੇ ਹੋ ਐਟੋ ਦੀ ਲੱਤ ਆਪਾਂ ਪੁੱਠੀ ਲਈ ਜਾਂਦੇ ਆ ਬਾਰ ਬਾਰ ਚਲੋ ਡਾਕਟਰ ਸਾਹਿਬ ਕਰੋ ਇਨਵਾਈਟ ਮੈਨੂੰ ਵਾਹ 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 ਫਰਾ ਆਰੇ ਨੇੜੇ ਆ ਕੰਮ ਲੋ ਵੀ ਆਂਟੀ ਤੇਰਾ ਬੌਬ ਐਵੇਂ ਰਗੜਾ ਗਿਆ ਪੈਣ ਬੌਬ ਦਾ ਰਾਈਸ ਹੋ ਗਿਆ ਕੰਮ ਉਹ ਨਹੀਂ ਬਚੇ ਹੁਣ ਤੁਹਾਨੂੰ ਮੈਂ ਬੌਬ ਦੀ ਵੀ ਗੱਲ ਸੁਣਾਉਣਾ ਹੁਣ ਬੌਬ ਦਾ ਇਹ ਐਕਸੀਡੈਂਟ ਕਿਵੇਂ ਹੋਇਆ ਤੇ ਸ਼ੇਅਰ ਨਹੀਂ ਕਰਦੇ ਆਹੀ ਗੱਲਾਂ ਗਲਤ ਨੇ ਤੁਹਾਡੀਆਂ ਤਾਂ ਕਿਉਂ ਨਹੀਂ ਸ਼ੇਅਰ ਕਰਦੇ ਕੋਈ ਹੋਰ ਜੁੜ ਜਾਣ ਚਲ ਆਜੋ ਆਜੋ ਕੋਈ ਨੀ ਤੁਸੀਂ ਤਾਂ ਆਜੋ ਇਹਦੇ ਵਿੱਚ ਹੀ ਓਪਨ ਕਰ ਲਈ ਤੁਸੀਂ ਹਾਂ ਹਾਂ ਓਕੇ ਓਕੇ
ਮੈਂ ਕੀ ਪਤਾ ਜੁੜ ਜਾਣ ਹੋਰ ਸੱਜਣ ਪ੍ਰੇਮੀ ਦੇਖੋ ਹਾਏ ਵੇ ਤੇਰੇ ਤਾਂ ਜੇ ਗੋਲੀ ਮਰਵਾ ਤਾ ਵਿਚਾਰਾ ਕੋਈ ਨਹੀਂ ਗਾਇਸ ਘਬਰਾਉਣਾ ਨਹੀਂ ਹੈਗਾ ਉਹਨੇ ਬਚ ਜਾਣਾ ਹੈ ਸ਼ਾਇਦ ਆਪਣੇ ਨਾਲ ਇੱਕ ਅੱਧਾ ਬੰਦਾ ਆਵੇ ਫਾਈਂਡਿੰਗ ਪਲੇਅਰ ਦਾ ਹੋਵੇ ਸਾਡੇ ਨਾਲ ਇੱਕ ਅੱਧਾ ਡਾਕਟਰ ਹੋਰ ਆਵੇ ਸ਼ਾਇਦ ਉਹ ਜੁੜ ਜਾਵੇ ਸਾਡੇ ਨਾਲ ਕੋਈ ਇੱਕ ਸੱਜਣ ਪਿਆਰਾ ਹੋਵੇ ਸੱਜਣ ਭਰਾ ਹੋਵੇ ਕੋਈ ਸਾਡੇ ਨਾਲ ਜੁੜਨ ਵਾਲਾ ਇਹ ਹੁਣ ਦੇਖਣਾ ਪੈਣਾ ਵੀ ਇਸ ਟਾਈਮ ਇਹ ਗੇਮ ਕੌਣ ਖੇਡ ਰਿਹਾ ਮੈਂ ਵੀ ਕੋਈ ਨਰਸ ਜੁੜ ਜੇ ਭੈਣ ਚ ਕੀ ਪਤਾ ਹੁੰਦਾ ਹੁਣ ਇਹ ਸਾਰੇ ਗੋਰੇ ਆ ਪੰਜਾਬੀ ਤਾਂ ਕੋਈ ਨਹੀਂ ਖੇਡਦਾ ਪੰਜਾਬੀ ਯਾਰ ਆਪਣੇ ਬੰਦੇ ਕਰੋ ਯਾਰ ਡਾਊਨਲੋਡ ਗਾਈਸ ਸਿਮੂਲੇਟਰ ਜੇ ਤੁਹਾਨੂੰ ਮਜ਼ਾ ਆ ਰਿਹਾ ਆਓ ਨਾਲ ਤੁਸੀਂ ਬਈ ਮਜ਼ਾ ਆ ਰਿਹਾ ਨਾ ਹਾਂਜੀ ਨਹੀਂ $12 ਲੱਗੇ ਬਈ ਸੈਟੀਸਫਾਈ ਹੋ ਰਿਹਾ ਨਾ ਫਨ ਹੋ ਰਿਹਾ ਵਾਹ ਪੂਰਾ ਫਨ ਹੋ ਰਿਹਾ ਉਹ ਵੀ ਇੰਜੋਏ ਕਰ ਰਿਹਾ ਬੰਦਾ ਬੈਠਾ ਸੈਂਟੋ ਨੂੰ ਬੋਲਾ ਆ ਸਾਰੇ ਬੱਲਾ ਦਾ ਲੱਭ ਲਿਆ ਉਹਨਾਂ ਨੇ Let's just see about that. ਮੇਰੇ ਤੁੰਦਲਾ ਲੱਗੀ ਜਾਂਦਾ ਨਿਗਾ Oh don't go off in a huff again. ਉਹ ਆਇਆ ਨਹੀਂ ਆਪਾਂ ਦੋ ਹੀ ਆ ਭਰਾ ਚਲ ਕੋਈ ਨਹੀਂ ਫੇਰ ਆ ਜਾ ਆਪਾਂ ਦੋ ਵੀ ਸਹੀ ਆ ਨੋ ਚੱਕਰ ਨੋ ਚੱਕਰ ਚਲ 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 ਦੇ ਦੇ ਦੋ ਹੀ ਬਥੇਰੇ ਆ ਡਾਕਟਰ ਆ ਕੋ ਆ ਹੋ ਪੈਣ ਚ ਆ ਤਾਂ ਵਾਪਸ ਆ ਗਏ ਗਾਇਸ ਜਿਨ੍ਹਾਂ ਨੂੰ ਨਹੀਂ ਪਤਾ ਐਂਡੀ ਵਾਈ ਵੀ ਚੈਟ ਕਰ ਉਹ ਕਰਦੇ ਨੇ ਲਾਈਵ ਸਟ੍ਰੀਮ ਉਹਨਾਂ ਦੇ ਵੀ ਲਾਈਵ ਸਟ੍ਰੀਮ ਚੈੱਕ ਕਰਿਓ ਯਾਰ I'm sorry I really don't know why these doors are locked ਉਹ ਤਾਂ ਦੁਬਾਰਾ ਫੇਰ ਖੇਡਣੀ ਪਣੀ ਕੀ ਹੈ ਯਾਰ ਫੜੋ 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 ਉਹ ਵੀ ਕਿਹੜਾ ਆਪਾਂ ਸਹੀ ਕਰੀ ਸੀ ਉਹ ਇਹ ਤਾਂ ਪੁਰਾਣੀ ਆ ਗਈ ਉਹ ਇਹਦਾ ਕੀ ਇਹਨਾਂ ਫਿਰ ਓ ਡਾਕਟਰ ਸਾਹਿਬ ਕੋਈ ਗਲਤ ਹੋ ਗਿਆ ਚਲੋ ਕੋਈ ਨਹੀਂ ਆ ਗਈ ਫਿਰ ਇਹ ਪਲੱਸ ਪਲੱਸ ਲੈਣ ਦੀ ਕੋਸ਼ਿਸ਼ ਕਰਾਂਗੇ ਦਿਲ ਦੀ ਜਰਾ ਲੈ ਤਾਂ ਫਿੱਟ ਕਰ ਤੁਸੀਂ ਨਾਲ ਸੈਂਡਰ ਦਾ ਦਿਮਾਗ ਹੀ ਨਹੀਂ ਸਮਝਦਾ ਜਿਵੇਂ ਉਹਦਾ ਦਿਮਾਗ ਨਹੀਂ ਕੋਈ ਜੱਟ ਨਹੀਂ ਡਾਕਟਰ ਸਾਹਿਬ ਹੁਣ ਤੁਸੀਂ ਖਿਡਾਰੀ ਲਾ ਦਿਓ ਬਾਲ ਇਹਦੇ ਬਾਸਕਟਬਾਲ ਦੇ ਆਰਾਮ ਨਾਲ ਲਓ ਵੀ ਮਿੱਤਰੋ ਲੇਬਰੋਨ ਚੱਲਿਆ ਕਰੋ ਕੁਛ ਅੱਜ ਡਾਕਟਰ ਸਾਹਿਬ ਡੈਡ ਨਾ ਪਿਓ ਮੈਂ ਫੜ ਦਾਂ ਚਲੋ 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 ਕੋਈ ਨਹੀਂ ਆਰਾਮ ਨਾਲ ਮੁੜ ਜਾਂਦੀ ਆ ਖੜ ਜਾਓ ਆਪਾਂ ਹੀ ਆਰਾਮ ਮੇਰੇ ਤੇ ਖੜਿਓ ਆਰਾਮ ਨਾਲ ਇਹ ਡਾਕਟਰ ਰਕੇਸ਼ ਸਹੀ ਨਹੀਂ ਆ ਰਿਹਾ ਸਾਲਿਆਂ ਨੇ ਖੁਦੋ ਪੋਣ ਲਾਤਾ ਡਾਕਟਰ ਕਾਹਦੇ ਤੇ ਬਣੇ ਜੀ ਚਲੋ ਚਲੋ ਐਲ ਵੀ ਸਟਾਰਟ ਕਰਿਆ ਮੈਂ ਮੈਂ ਖੜ ਜਾ ਕੇ ਉਹਨੂੰ ਉਹ ਲਾਉਣਾ ਉਹਨੇ ਤੇਰੇ ਖੂਨ ਦੀ ਗੋਲੀ ਦਿੰਦੇ ਉਹਨੂੰ ਠੀਕ ਰੀ 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 ਚਲ ਮੈਂ ਜਾਂਦਾ ਵਾਲੀਬਾਲ ਖੇਡ ਹੋ ਆ ਖੇਡ ਦਾ ਪੱਟ ਲਾ ਖੜੋ 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 ਐ ਜਿਹੜੇ ਪ੍ਰੋਫੈਸ਼ਨਲ ਲੈਵਲ ਥੱਲੇ ਖੇਡਦੇ ਪਏ ਇਹਨੂੰ ਬਹੁਤ ਠੀਕ ਆ ਵਾਲੀਬਾਲ ਖੇਡ ਰਿਹਾ ਮੈਂ ਚੱਲ ਰਿਹਾ ਕੰਮ ਤੇਰਾ ਠੀਕ ਆ ਠੀਕ ਆ ਸੈੱਟ ਉਹ ਇਹ ਨਹੀਂ ਮਾਰਦਾ ਆ ਰਿਹਾ ਖੂਨ ਜੋਰਾਂ ਸ਼ੋਰਾਂ ਤੇ ਆਪਾਂ ਬੜੀ ਇੱਕ ਸਨੇ ਤੇ ਕਿੱਧਰ ਗਈ ਉਹ ਭੈਣ ਦਾ ਟਿੱਟਾ ਮਾਰਦਾ ਤਾਂ ਸਾਲਾ ਉਹ ਸਿਰ ਚ ਲਾ ਦੇਣਾ ਆ ਕੇ ਵੇਖੇ ਚੱਲੇ ਉਹਨੇ ਇਹ ਦਿਮਾਗ ਨੂੰ ਨਾ ਚੜ ਜਾ ਧੌਣ ਚ ਲਾਇਆ ਸੀ ਜ਼ਿਆਦਾ ਸਿਰ ਲਾਈ ਜਾਂਦਾ ਕਹਿੰਦਾ ਸਹੀ ਹੈ ਸਹੀ ਹੈ ਮੈਂ ਬਾਲ ਬਾਲੀ ਅੱਡੇ ਤੁਰ ਗਈ ਉਹ ਸਾਲੇ ਆਪਰੇਸ਼ਨ ਕਰਾ ਲਾ ਸਾਲਾ ਹੋਇਆ ਪਲੰਟੀ ਹੋ ਗਈ ਆਪਰੇਸ਼ਨ ਕਰਾ ਇਹ ਚਾ ਕਿੰਨੀ ਚੜਾਈ ਆ ਤੀਰੀ ਚੜਾਈ ਆ ਉੱਥੇ ਬੰਦਾ ਮਰਨ ਵਾਲਾ ਹੋਇਆ ਪਿਆ ਬਾਈ ਨੂੰ ਉਹ ਯਾਰ ਕੀ ਕਰੀ ਹੁਣ ਡਾਕਟਰ ਸਾਹਿਬ ਲੱਗੇ ਹੋਏ ਨੇ ਰਕੇਸ਼ ਕੁਮਾਰ ਮੈਂ ਦੇਖ ਰਿਹਾ ਹਾਂ ਘੱਟ ਚੱਲ ਰਿਹਾ ਫੋਨ ਘੱਟ ਆ ਕੀ ਕਰੀਏ ਬਾਬ ਹੁਣ ਚਲੋ ਕੋਈ ਨਹੀਂ ਫਿਰ ਇਧਰ ਆਪਾਂ ਖੂਨ ਬਚਾਉਣ ਵਾਲੀ ਕਰਦੇ ਹਾਂ ਹਾਲ ਲਈ ਠਿਸ਼ ਨਹੀਂ ਜਾ ਰਹੀ ਜਾਊਗੀ ਜਾਊਗੀ ਚਲੇ ਜੀ ਚਲੇ ਜੀ ਚਲੇ ਪਹੁੰਚ ਗਈ ਲੈ ਡਾਕਟਰ ਸਾਹਿਬ ਇਹਦੀ ਕੱਢਿਓ ਮਾੜੀ ਬਾਂਹ ਜੀ ਮੈਂ ਆ ਜਾ ਲੈ ਕੇ ਮੈਂ ਹੀ ਲੈ ਗਿਆ ਵਾਂ ਕਿਹੜੀ ਬਾਂਹ ਟੱਟਣੀ ਲੈ ਜਾਓ ਇਹ ਦੇਖਣ ਦੋ ਖੜ ਜਾ ਖੜ ਜਾ ਫਿਰ ਗਲਤ ਅੱਛਾ ਦੋਵੇਂ ਟੱਟਣੀਆਂ ਖੜ ਜਾ ਮੈਨੂੰ ਉਹ ਚੱਕ ਲੈਂਦਾ ਖੂਨ ਰੋਕਣ ਵਾਲੀ ਚਲੋ ਭਰਾ ਠੀਕ ਆ ਐਂਡ ਹੌਸਲਾ ਨਹੀਂ ਚਲੋ ਜਾਓ ਮੈਂ ਤੇਰੇ ਨਾਲ ਆ ਤੈਨੂੰ ਬਚਾ ਲਾਂਗੇ ਇਹ 1 2 3 ਛੱਡ ਦੋ ਛੱਡ ਦੋ ਛੱਡ ਦੋ ਉਹ ਲੱਤ ਵੀ ਲੈ ਗਈ ਲੱਤ ਨਹੀਂ ਮਿਲੇ ਨਹੀਂ ਭੈਣ ਚੋਦ ਸਰਿੰਜ ਮਾਰੀ ਜੀ ਲਾਈ ਥੋੜਾ ਲੱਤ ਲੈ ਜਾਂਦੀ ਹੈ ਉਹ ਪਿਆਰ ਨਾਲ ਬਹੁਤ ਸੌਫਟ ਹਾਰਟਡ ਬੰਦਾ ਤੁਸੀਂ ਪਰ ਖੂਨ ਦੋ ਮੜਾ ਜਾ ਕੇ ਮੈਂ ਬਾਹਰ ਬਾਹਰ ਪਾਉਣਾ
ਬਾਬ ਫਰਮੈਸ਼ਨ ਆ ਨਾ ਪਤਾ ਲਵੇ ਵਧਾਈ ਜਾਂਦਾ ਕਰੇ ਸੋਲਾ ਦਾ ਲੱਤ ਪਾ ਦੋ ਕਰੇ ਬਾਹ ਪਾ ਦੋ ਇਹਨਾਂ ਚੰਗੇ ਬਾਹ ਪਾਉਣੇ ਆ ਨਾ ਫਿਰ ਮੰਡਣੀ ਨਹੀਂ ਬਾਹ ਓਕੇ ਪਹਿਲਾਂ ਮੈਂ ਉਹ ਵਧਾਵਾਂ ਲੈ ਤਾਂ ਨਹੀਂ ਗਏ ਤੁਸੀਂ ਕੱਢ ਕੇ ਨਹੀਂ ਨਹੀਂ ਓਕੇ ਗਾਇਸ ਮੈਂ ਤਾਂ ਗੇਟ ਖੋਲਣ ਦੀ ਕੋਸ਼ਿਸ਼ ਕਰਦਾ ਪਹਿਲਾਂ ਮੈਂ ਸੈਟਿੰਗ ਕਰਨ ਦੋ ਡਾਕਟਰ ਨੂੰ ਆਪਣੇ ਹੱਥ ਦੀ ਉਹ ਭੈਣ ਦੀ ਲਾ ਬੱਜੀ ਤਾਂ ਨਹੀਂ ਤੇਰੇ ਡਾਕਟਰ ਸਾਹਿਬ ਦੋ ਸਰਿੰਜਾਂ ਲਾਉਂਦਾ ਪਹਿਲਾਂ ਟੇਟੀ ਬਹੁਤ ਆ ਮੈਂ ਨਾ ਇੱਕ ਖੂਨ ਰੋਕਣ ਵਾਲੀ ਲਾ ਦਿੰਦਾ ਮੈਂ ਨਾਲ ਨਹੀਂ ਦੇਖ ਲਓ ਕਰਕੇ ਟਰਾਈ ਦੋ ਸਰਿੰਜਾਂ ਬਾਲ ਭੱਜ ਗਈ ਬਾਲ ਭੱਜ ਗਈ ਤੇਰੀ ਤੇ ਹੁਣ ਤੁਸੀਂ ਖੇਡਣ ਲੱਗ ਗਏ ਨਹੀਂ ਨਹੀਂ ਮੈਂ ਫਾਇਦਾ ਤੇ ਬੇਇੱਜ਼ਤੀ ਕੱਢ ਤੈਨੂੰ ਫਿਰਦਾ ਲਵਾ ਲਾ ਟੀਕਾ ਭੈਣ ਦਾ ਲੱਚ ਫਿਰੇ ਚੋਂ ਲਾਈ ਜਾਂਦਾ ਹੌਲੀ ਬਾਲ ਨਹੀਂ ਲੋਟ ਆਉਂਦੀ ਪਈ ਮੈਨੂੰ ਖੇਚ ਚੜੀ ਜਾਂਦੀ ਹੈ ਆ ਜਾ ਆ ਜਾ ਇੱਕ ਵਾਰ ਡਰ ਤੋਂ ਫੜ ਜੇ ਨਹੀਂ ਯਾਰ ਜਦੋਂ ਮੈਂ ਤੂੰ ਸ਼ਰਾਰਤੀ ਹੋ ਰਿਹਾ ਮੈਂ ਸਬਮਿਸ਼ਨ ਫੇਲ ਕਰਾਈ ਜਾਂਦਾ ਵਾਰ ਵਾਰ ਉਹਦੀ ਆਪ ਹੀ ਪੱਟੀ ਜਾਣੀ ਲੋੜ ਹੀ ਨਹੀਂ ਆਈ ਪਹਿਲਾਂ ਵੀ ਲੱਤ ਨਹੀਂ ਪੱਟੀ ਆਪ ਹੀ ਪੱਟੀ ਗਈ ਪਤਾ ਨਹੀਂ ਚਲੋ ਜੀ ਮੈਂ ਬਾਂਹ ਲੈ ਕੇ ਆਉਣਾ ਠੀਕ ਆ ਜਾ ਕੇ ਤੁਸੀਂ ਆਹ ਸਿੰਜਾ ਚੱਕ ਲਓ ਨਾ ਖੂਨ ਵਾਲੀਆਂ ਲੱਤਾਂ ਢੋੜ ਦੋ ਪਿਆ ਚੱਕ ਖੂਨ ਰੋਕਣ ਵਾਲੀ ਚੱਕ ਲਓ ਸੈਂਸ ਸੁਪਨਾ ਪੂਰਾ ਕਰਨ ਉਹ ਸਾਲਾ ਕਰੀ ਜਾਂਦਾ ਉੱਤੇ ਕਰ ਕਹਿੰਦਾ ਇੱਥੋਂ ਨਹੀਂ ਦੋਸਦੀ ਪਈ ਐਂ ਕਰੀ ਜਾਂਦਾ ਮੈਂ ਪਹਿਲਾਂ ਇੱਥੋਂ ਬਾਹ ਕਰ ਦਿੰਦੇ ਮੈਂ ਇੱਥੋਂ ਲੱਤਾਂ ਟੁੱਟੀਆਂ ਸ਼ੁਰੂ ਕਰੀਆਂ ਨਾ ਬਾਈ ਕਹਿੰਦਾ ਉੱਪਰ ਕਰ ਇੱਥੇ ਤੋਂ ਰਹੇ ਮੈਂ ਇੱਥੋਂ ਕਰੀ ਇੱਥੋਂ ਹੁਣ ਸਾਲਾ ਉੱਪਰ ਹੀ ਲੈ ਜਾਂਦਾ ਬਾਰ ਬਾਰ ਕੁੜੀ ਆ ਸੈਂਸ ਸੁਪਨਾ ਪੂਰਾ ਕਰਨ ਲਈ ਵੈਲਕਮ ਵੈਲਕਮ ਬ੍ਰੋ ਆਲਵੇਜ਼ ਵੈਲਕਮ ਹੁਣ ਫਿਰ ਦੱਸੋ ਚਲੋ ਫਿਰ ਮੈਂ ਜਾ ਰਹੇ ਮੈਂ ਟਮਟ ਖੜੋ ਸਰਿੰਜ ਲੈ ਕੇ ਆਓ ਹਾਂਜੀ 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 ਮੈਂ ਸਟਾਪਰ ਲੈ ਗਿਆ ਇਹ ਮਿਸ਼ਨ ਹੁੰਦਾ ਨਹੀਂ ਪਾਰ ਮੈਂ ਤੁਹਾਨੂੰ ਕਹਿ ਰਿਹਾ ਖੜੋ ਸਹੀ ਇੱਕ ਮਿੰਟ ਖੜੋ ਫਿਰ ਹਜੇ ਕੋਹ ਨਾ ਕਰਿਓ ਮੈਨੂੰ ਆਹ ਸਰਿੰਜ ਇੱਥੇ ਨੇੜੇ ਰੱਖ ਲੈਣ ਦਿਓ ਲਿਓ ਉੱਤੇ ਰੱਖ ਲਓ ਭਾਵੇਂ ਇਹਦੇ ਛੋਟੋ ਪਾ ਉਹਨੂੰ ਭੈਣ ਦੇ ਨਾਲ ਹੋਰ ਨਾ ਟੁੱਟ ਜੇ ਇਹਦਾ ਉਹ ਭੈਣ ਤੋਂ ਮੇਰੀ ਸ਼ੀਸ਼ੀ ਡੱਪ ਗਈ ਇਹ ਚੱਕ ਲਈ ਨਹੀਂ ਇਹ ਸਸਪੈਂਸ ਓਕੇ ਪੜਦਾ ਚਲੋ 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 ਮੈਂ ਖੂਨ ਮੇਰਾ ਲੱਗ ਵੀ ਗਿਆ ਉਹਦੇ ਪੜਤੀ ਗਏ ਡਾਕਟਰ ਸਾਹਿਬ 2400 ਤੇ ਰੌਡੀ ਜਲਦੀ ਆ ਜਾਓ ਆ ਗਿਆ ਲਾ ਦਿਓ ਲਾ ਕੇ ਟਵਾ ਤੇ ਖੜੋ ਹੁਣ ਦੂਜੀ ਮਾਂ ਪੱਟਿਓ ਠੀਕ ਆ ਦੱਸਦਾ ਹੁਣ ਮੈਂ ਖੜ ਜਾਓ ਅਜੇ ਨਾ ਪੜਦੇ ਚੱਲ ਲੈ ਜਾਓ ਠੀਕ ਹੋ ਜਾਣਾ ਪੁੱਤ ਉਹ ਗਲਤੀ ਨਾਲ ਇੱਥੇ ਆ ਗਿਆ ਜਲਦੀ ਹਾਲਤ ਬਹੁਤ ਕ੍ਰਿਟੀਕਲ ਆ ਬੰਦੇ ਦੀ ਜਲਦੀ ਮਰਨ ਨਾਲ ਹੋ ਰਿਹਾ ਉਹ ਲੱਗਦਾ ਨਹੀਂ ਪਈ ਉਹ ਡਾਂਸ ਕਰੀ ਜਾਂਦਾ ਡਾਕਟਰ ਤੇ ਬੈਠਾ ਉਹ ਵੇਖੀ ਬਲੱਡ ਲੈਣ ਵੇਖੀ ਨਾਈਸ ਬਲੱਡ ਲੈ ਚੈੱਕ ਕਰ ਭਰਾ ਜਮਾ 0 ਐਮਐਲ ਨੋ ਹਾਈ ਇਹ ਵਾਲਟੀ ਗੇਮਿੰਗ ਵੈਲਕਮ ਟੂ ਦਾ ਸਟ੍ਰੀਮ ਬ੍ਰੋ ਕੀ ਹਾਲ ਚਾਲ ਨੇ ਨਵੀਂ ਗੇਮ ਉਹ ਯਾਰ ਲੈਸ ਦੈਨ 400 ਬ੍ਰੋ ਮੈਂ ਖੁਦ ਦੇਖਿਆ ਉੱਥੇ 24 ਉਹ 0 ਤੇ ਸੀ ਉਹ ਨਹੀਂ ਨਹੀਂ ਦੁਬਾਰਾ ਹੁਣ ਜਦੋਂ ਹੋਣ ਲਈ ਨਾ ਉਦੋਂ 0 ਹੋ ਜਾਵਾਂ 0 ਤੇ ਜਾ ਕੇ ਜਿੱਤੇ ਆਪਾਂ ਫੱਕ ਮੈਂ ਤੂੰ ਬਲੱਡ ਜਿੱਥੇ ਦੇਖਿਆ ਤੂੰ ਮੈਨੂੰ ਤਾਂ ਦੇਖਿਆ ਨਹੀਂ ਮੈਨੂੰ ਤਾਂ 24 ਦਿਖੀ ਜਾਂਦੀ ਨਹੀਂ ਮਗਰ ਲਿਖਿਆ ਸੀ 0 ਗੇਮ ਮਿਸ਼ਨ ਪਾਰ ਹੋਇਆ ਗਾਈਸ ਇਹ ਅਗਲਾ ਕਰਦੇ ਆ ਕੋਈ ਚੱਕਰ ਵਾਲੀ ਗੱਲ ਨਹੀਂ I'm very impressed at how you've taken to the unique nature of our facility. ਬੰਦਾ ਆਇਆ ਨਹੀਂ ਹੈਗਾ ਗਾਣੇ ਲਾਉਣ ਵਾਲਾ ਉਹਨੂੰ ਮੈਂ ਬੁਲਾਉਣਾ ਵਾ ਲੈਟਸ ਗਾਣੇ ਚਾਹੀਦੇ ਆ ਟੀਮ 'ਚ ਕਿ ਇਦਾਂ ਹੀ ਚੱਲਣ ਦੇ ਚਲੋ ਫਿਰ ਆ ਜਾਓ ਡਾਕਟਰ ਸਾਹਿਬ ਆਰਾਮ ਨਾਲ ਹੌਲੀ 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 ਬਸ ਕਿ ਅੜਤ ਨਾ ਜਾਇਓ ਸਾਲਾ ਸਫਾਈ ਨਹੀਂ ਕਰੀ ਓਕੇ ਮੈਨੂੰ ਸਮਝ ਰਿਹਾ ਮੈਂ ਗੱਲ ਸਮਝ ਰਿਹਾ ਖੜੋ ਥੋੜੀ ਲੈ ਉਹ ਬਾਂਝ ਹੀ ਚੱਟੇ ਹੁਣ ਇੱਥੇ ਗਲਤ ਹੋ ਰਿਹਾ ਕੰਮ ਬਾਈ ਇੱਥੇ ਹੁਣ ਗਲਤ ਬਾਂਹ ਲੱਤ ਬਾਂਹ ਲੱਗ ਰਹੀ ਆ ਆਪਾਂ ਨੂੰ ਨਾ ਲੈਫਟ ਵਾਲੀ ਚਾਹੀਦੀ ਹੈ ਨਾ ਉੱਥੇ ਓਹੋ ਹਜੇ ਤਾਂ ਗੇਟ ਖੋਲਣਾ ਹੀ ਸੱਚ ਆਪਾਂ ਬਾਂਹ ਲੈ ਆਓ ਆ ਗਿਆ ਕਿੱਧਰ ਰਹਿ ਗਏ ਓਹੋ ਗਰਦਨ ਹੀ ਲੈ ਦੀ ਸਾਲੇ ਦੀ ਮੈਨੂੰ
ਟਰੈਕ ਕਰੋ ਮੈਂ ਲਾਉਣਾ ਗਾਣਾ ਹਾਂਜੀ ਹਾਂਜੀ ਬਾਈ ਆਜੋ 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 ਲਾਓ ਆਈ ਗੈਸ ਯੂ ਨੀਡ ਐਨ ਆਰਮ ਟੂ ਗੈਟ ਥਰੂ ਹੇਅਰ ਪਤਾ ਸਾਨੂੰ ਰਾਣੋ ਆਹ ਹੜੇ ਹੋਏ ਡਾਕਟਰ ਮਾਈ ਡੀਅਰ ਬ੍ਰਦਰਸ ਓਲਡ ਆਫਿਸ ਚਲੋ ਜੀ ਲੈ ਵੇ ਮਿੱਤਰੋ ਫਾਈਨਲੀ ਔਨ ਦਾ ਪਲੇਟਫਾਰਮ ਹੜ ਦਾ ਪਾ ਪਹਿਲਾਂ ਸਰੰਜਾ 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 ਕੱਢ ਲਗੇ ਯਾਰ ਮੈਂ ਨਹੀਂ ਹੱਥ ਮੈਂ ਨਹੀਂ ਇੱਦਾਂ ਕੰਮ ਕਰਦਾ ਮੈਂ ਤਾਂ ਹੱਥ ਧੋਣਾ ਪਹਿਲਾਂ ਕੂਟੀ ਚਲਾਓ ਬੜੀ ਬਰਫ ਲਾ ਲਈ ਵਾਰਨਿੰਗ ਕੀਪ ਦਾ ਬੌਬ ਸਟੇਸ਼ਨ ਕਲੀਅਰ ਸਾਲਾ ਲੱਗਦਾ ਸਟੇਸ਼ਨ ਤੇ ਅੱਛਾ ਇਹਦਾ ਦੁਬਾਰਾ ਆਨ ਕਰਨਾ ਪੈਣਾ ਹੋ ਗਿਆ ਹੋ ਗਿਆ ਹਾਂ ਹਾਂ ਹੋ ਗਿਆ ਹੋ ਗਿਆ ਹੋ ਗਿਆ ਜਲਮੀ ਬਾਈ ਜੀ ਹੈਲੋ ਜਲਮੀ ਬਾਈ ਜੀ ਉੱਤੇ ਭੈਣ ਦੇ ਲੰਨ ਨੱਟ ਜੀ ਕੱਢਦਾ ਸਾਰਾ ਟੂਨ ਉਹ ਪਹਾੜ ਦਾ ਆ ਵੇਖੀ ਫੜੀ ਵੇਖੀ ਕਿਵੇਂ ਦੋ ਉਂਗਲਾਂ ਜੀ ਇਧਰ ਖੜਕਾ ਹੋ ਰਿਹਾ ਕੋਈ ਭੈਣ ਚੜਾ ਦੀ ਸੀ ਹੁਣ ਖੜਦਾ ਇਸ ਚੀਜ਼ ਦਾ ਸੁਣ ਰਿਹਾ ਡਾਕਟਰ ਸਾਹਿਬ ਆ ਥੋੜੀ ਪਈ ਖੜ ਜਾ ਭਾਜੀ ਉਹ ਇੰਸਟੈਂਟ ਤੋੜਾਂਗੇ ਨਾ ਜਦੋਂ ਆਪਾਂ ਕੀ ਤੋੜਨਾ ਦਾ ਉਹ ਜਦੋਂ ਥੱਲੋ ਪਾਉਣੀਆਂ ਉਹ ਪੈਪਾਂ ਜਾਂ ਪਾਉਣੀਆਂ ਦੀਆਂ ਖੂਨ ਆਪਾਂ ਛੱਡ ਦਈਏ ਨਾ ਇੱਕ ਖੂਨ ਵਾਸਤੇ ਇੱਕ ਰੱਖ ਲੈਣੇ ਖੂਨ ਵਾਲੀ ਹੁਣ ਆਪਾਂ ਨੂੰ ਬਾਹ ਚਾਹੀਦੀ ਹੈ ਦੀ ਹਟ ਜਾ ਰੀਫਰੈਸ਼ 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 ਲੈਫਟ ਆਰਮ ਚਾਹੀਦੀ ਆਪਾਂ ਨੂੰ ਹਨਾ ਹਟ ਜਾ ਮੈਂ ਬੱਲ ਬਾਹ ਪਾਇਆ ਹਾਂ ਉੱਥੇ ਇਹ ਦੀ ਮੈਂ ਬਾਹ ਪਾਇਆ ਹਾਂ ਜਲਮੀ ਕੋਈ ਵੀ ਦੂਜੇ ਨਾ ਹੋਣ ਦੂਜੇ ਕੋਈ ਨਾ ਹੋਣ ਕਾਪੀਰਾਈਟਡ ਬੰਦ ਕਰ ਲਓ ਜਲਮੀ ਨੋਨ ਕਾਪੀਰਾਈਟ ਬ੍ਰੋ ਓਹੋ ਮੈਂ ਐਫ ਟੀ ਰੱਖਤਾ ਉਹਨੂੰ ਕੋਈ ਨਹੀਂ ਅੱਛਾ ਤੁਹਾਡੇ ਵਾਸਤੇ ਚਾਹੀਦਾ ਨਾ ਉਹ ਮੀਨ ਸਿਕਸ ਨੂੰ ਕਰਿਆ ਉਹ ਮੈਂ ਉਹਨੂੰ ਕਹੀ ਜਾਂਦਾ ਬਿਨਾਂ ਕਾਪੀਰਾਈਟ ਤਾਲੇ ਲਾ ਉਹ ਟਰਾਂਟੋ ਨਾਲ ਵਾ ਲਿਓ ਡਾਕਟਰ ਠੇੜ ਗਿਆ ਚਲੋ ਚਲੋ ਗੇਟ ਨਹੀਂ ਖੁੱਲ ਰਿਹਾ ਕਿਹੜੇ ਵਾਲਾ ਗੇਟ ਨਹੀਂ ਖੁੱਲ ਰਿਹਾ ਖੁੱਲੇ ਹੁਣ ਖੁੱਲਿਆ ਖੁੱਲ ਤਾਂ ਗਿਆ ਆ ਹੁਣ ਖੁੱਲਿਆ ਮੈਂ ਫਿਰ ਬਰੇ ਹੋੜੀ 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 ਕਾਫੀ ਸਟ੍ਰਾਈਟ ਬਲੌਕ ਵਾਲੀ ਆ ਦਿਸ ਪਲੇਸ ਇਜ਼ ਅ ਮੈਸ ਉਹ ਪਤਾ ਕੀ ਕਰਨਾ ਫਿਰ ਜੂਨੀਅਰ ਉਹਦਾ ਨਾ ਬਾਹ ਚੱਕ ਕੇ ਤੇ ਫਿਰ ਆਪਾਂ ਮੈਂ ਨਾ ਦੋਵੇਂ ਬਾਹਾਂ ਲੈ ਆਉਣਾ ਜਿਹੜੀ ਫਟ ਪੈ ਰਹੀ ਨਹੀਂ 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 ਇਹ ਰਾਈਟ ਬਾਹ ਨਹੀਂ ਇਹ ਇੱਕ ਚੱਕ ਕੇ ਨਾ ਉਧਰ ਲੈ ਜਾਓ ਤੇ ਲੈਫਟ ਬਾਹ ਪਈ ਆ ਉੱਪਰ ਨਹੀਂ ਨਹੀਂ ਇਹਦੇ ਵਿੱਚ ਇਹਦੇ ਵਿੱਚ ਇਹਦੇ ਵਿੱਚ ਇਹਦੇ ਵਿੱਚ ਪਾਓ ਇੱਧਰ ਇੱਧਰ ਆ ਵੇਖੋ ਕਿੱਧਰ ਆਵੇ ਅੱਛਾ ਇਹਦੇ ਚ ਪਾਉਂਦੇ ਮੈਂ ਉੱਥੇ ਵਿੱਚ ਹਾਂਜੀ ਹਾਂਜੀ ਨਹੀਂ ਇੱਧਰ ਨਹੀਂ ਹੋਊਗੀ ਨਹੀਂ ਨਹੀਂ ਉੱਧਰ ਹੀ ਆਊਗੀ ਕੁਛ ਨਹੀਂ ਹੋ ਰਿਹਾ ਇੱਥੇ ਲਓ ਇਹ ਲੈਡ ਲੁਡਾਉਣ ਕਰਨ ਵਾਲੀ ਫਿਰ ਕਿਤੋਂ ਇਹ ਚੱਲਦੇ ਨਹੀਂ ਪਏ ਬਾਈ ਇਹ ਉਹਨੇ ਕਿਹਾ ਤਾਂ ਹੈ ਨਾ ਚੱਲਦੇ ਨਹੀਂ ਹੈ ਇਹਦੀ ਬਾਂਹ ਆਹੀ ਲਾਉਣੀ ਪੈਣੀ ਆ ਆ ਜਾਓ ਕੱਢਦੇ ਹਾਂ ਉਹਦੀ ਬਾਂਹ ਅੱਜੋ ਬਾਹਾਂ ਸਾਲੀਆਂ ਸਾਰੀਆਂ ਸੇਮ ਆ ਲੋਟ ਆਉਂਦਾ ਬਾਹਾਂ ਦਾ ਸਾਲੀ ਐ ਚੱਟੀ ਫਿਰਦਾ ਜਿਵੇਂ ਸ਼ਿਫਟਲੀ ਚੱਟੀ ਹੁੰਦੀ ਆ ਪੂੰਛ ਤੋਂ ਨਹੀਂ ਆਪਾਂ ਇਹ ਰਾਈਟ ਆਰਮ ਆ ਵੀਰ ਆਪਾਂ ਨੂੰ ਲੈਫਟ ਚਾਹੀਦੀ ਆ ਇਹ ਹੁਣ ਰਾਈਟ ਤੁਹਾਨੂੰ ਕਿਵੇਂ ਪਤਾ ਮੈਨੂੰ ਲੱਗਦਾ ਆਪਾਂ ਨੂੰ ਇਹਨੂੰ ਸਿੱਧੀ ਲਾਉਣੀ ਪੈਣਾ ਹਾਂ ਆ ਦੇਖ ਆਪਾਂ ਨੂੰ ਹੁਣ ਮੈਂ ਸਿੱਧੀ ਕਰ ਲਈ ਹੁਣ ਉਹ ਪੈਂਚ ਸੌਰੀ ਆ ਠੀਕ ਆ ਇਹ ਚਾਹੀਦੀ ਠੀਕ ਆ ਨਹੀਂ ਲਾਇਓ ਪੱਟ ਕੇ ਵੇਖ ਲੈਣੇ ਫਿਰ ਕੀ ਪੱਟਾ ਮੈਂ ਆਪਾਂ ਸਾਰਾ ਮਿਸ਼ਨ ਕਰਕੇ ਦੇਖਦੇ ਹਾਂ ਟੀਪ ਤਾਂ ਹੀ ਉਹ ਪੈਂਚ ਫੜੋ ਫੜੋ ਚਲੋ ਪੈਂਦੇ ਲਾ ਬਾਹ ਦੇ ਦਾ ਡਾਕਟਰ ਸਾਹਿਬ ਤੁਸੀਂ ਮੇਰੇ ਤੋਂ ਫੜ ਲਈ ਆਲ ਦੇ ਦੋ ਉਹ ਪਾਲਾ ਹੱਥ ਪਾਲੀ ਪਾਲੀ ਫੜ ਲਓ ਆ ਜਾਓ ਆ ਰਿਹਾ
ਡਾਕਟਰ ਸਾਹਿਬ ਜੀ ਮੈਂ ਮੈਨੂੰ ਲੱਗਦਾ ਇਹ ਗਿਆ ਬਸ ਬੰਦਾ ਹੁਣ ਇਹ ਬਾਦਾਂ ਨਹੀਂ ਬਾਂਹ ਸੈੱਟ ਲੱਗੀ ਨਹੀਂ ਬਾਈ ਗਲਤ ਬਾਂਹ ਬਾ ਇੱਧਰ ਨਹੀਂ ਹੋਈ ਆ ਰਾਈਟ ਵਾਲੀ ਲੈਫਟ ਇੱਕ ਥਾਲੀ ਸਿਰੇ ਨਹੀਂ ਲੱਗਦੀ ਮਰ ਗਿਆ ਲਾਡੀ 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 ਬਾਚ ਗਏ ਬਾਚ ਨਹੀਂ ਉਹ ਫੇਰ ਉਹ ਸਾਈਨ ਆਈ ਜਾਂਦਾ ਫਿਰ ਗਲਤ ਬਾਂਹ ਲਾਈਏ ਨਾ ਆਪਾਂ ਹਾਂ ਬਾਈ ਹਾਂ ਹਾਂ ਇਹਦੇ ਗਾਣੇ ਤੇ ਵੀ ਲਾ ਦੇ ਪਤਾ ਕੀ ਚੱਕਰ ਹੋਣਾ ਮੈਂ ਤੁਹਾਨੂੰ ਦੱਸਦਾ ਇਹ ਨਾ ਉਹਦੇ ਉਹ ਚਲਾਉਣਾ ਪੈਣਾ ਆਪਾਂ ਨੂੰ ਉਹ ਕੀ ਪਹਿਲਾਂ ਇਹਦੀ ਲੱਤ ਲੁੱਤ ਦੇਖੀ ਹੁਣ ਇਹਦੀ ਲੱਤ ਕਿੱਥੋਂ ਮਿਲੂਗੀ ਉਹ ਲੱਤ ਫਿਰ ਉੱਥੇ ਮਿਲਣੀ ਨਾ ਬਰੋ ਸਿਸਟਮ ਕਿਵੇਂ ਚੱਲੂਗਾ ਭੈਣ ਚੋਂ ਡਰ ਗਈ ਮੈਂ ਪਤਾ ਕਿਹੜਾ ਆ ਗਿਆ ਜੇ ਮੈਂ ਇਹਦੀ ਬਾਂਹ ਕੱਢ ਲਾਂ ਹਾਂ ਪਰ ਇਹ ਬੰਦ ਹੋ ਜਾਣਾ ਨਾ ਕਿਤੇ ਆਪਣੀ ਤਾਂ ਨਹੀਂ ਲਾਉਣੀ ਆਪਣਾ ਬਾਂਹ ਆਪਣੀ ਮਾੜੀ ਤੁਹਾਨੂੰ ਬਾਅਦ ਬਚਾ ਲਾਂਗੇ ਪੜਾ ਦੇ ਕਿੱਧਰ ਫਿਰਦੇ ਹੋ ਡਾਕਟਰ ਸਾਹਿਬ ਉਹ ਠੀਕ ਆ ਠੀਕ ਆ ਠੀਕ ਆ ਹਾਂਜੀ ਉੱਪਰ ਜਾ ਵੜੇ ਨਹੀਂ ਨਹੀਂ ਮੈਂ ਚ ਬਲੱਡ ਭਰਦਾ ਯਾਰ ਬਲੱਡ ਘਟ ਗਿਆ ਦਾ ਇੱਕ ਇੱਕ ਪਈ ਆ ਉੱਤੇ ਪਈ ਆ ਇੱਕ ਸ਼ੈਲਫ ਤੇ ਸ਼ੈਲਫ ਤੇ ਅੱਛਾ ਸ਼ੈਲਫ ਤੇ ਸਾਹਮਣੇ 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 ਉਹ ਪਈ ਦਾਡੀ ਦਾਡੀ ਲੈ ਉਹ ਜੰਟਿਆ ਫੇਲ ਦਾ ਪੇਸ਼ੈਂਟ ਲੋਸਟ ਟੂ ਮਚ ਬਲੱਡ ਯਾਰ ਪਾਇਆ ਤਾਂ ਸੀਗਾ ਮੈਂ ਤਾਂ ਉਹ ਫਿਰ ਉਹਦੇ ਉਹ ਫਿਰ ਉਹੀ ਹੈ ਨਾ ਉਹ ਗਲਤ ਜੋੜੀ ਸੀਗੀ ਵਧੀਆ ਬ੍ਰੋ ਵਧੀਆ ਵਧੀਆ ਤੁਸੀਂ ਸੁਣਾਓ ਹੋਰ ਕੀ ਹਾਲ ਚਾਲ ਕੀ ਬਣਦਾ ਦਿਨ ਦਾ ਕਿੱਦਾਂ ਲੱਗੀ ਨਵੀਂ ਟੀਮ ਤੁਹਾਨੂੰ ਕੋਈ ਦੇਖਣ ਦਾ ਆਉਂਦਾ ਨੀ ਸਾਲਾ ਮੈਂ ਆ ਗਿਆ ਯਾਰ ਵੀਰੇ ਪਿਆਰ ਹੀ ਬਹੁਤ ਆ ਹੁਣ ਸਟ੍ਰੀਮ ਕਰ ਲਾ ਮੈਂ ਉਹਦੀ ਪਬਜੀ ਦੀ ਜਦੀ ਆ ਜਾਣਾ ਸਾਰਿਆਂ ਨੇ ਜਦੀ ਆ ਜਾਣਾ ਸਾਰਿਆਂ ਨੇ ਪਹਿਲਾਂ ਤਾਂ ਪਾਰਸ ਭੱਜਿਆ ਹੋਊਗਾ ਰੂਮ ਹੋਰ ਬਾਈ ਰੂਮ ਛੋੜੋ ਛੋੜੋ ਇੱਥੇ ਲੱਤ ਵੀ ਪਈ ਹੋਣੀ ਆ ਡਾਕਟਰ ਸਾਹਿਬ ਆ ਥੱਲੇ ਪਈ ਆ ਡਾਕਟਰ ਆਪਾਂ ਦੇਖ ਨਹੀਂ ਰਹੇ ਮੈਨੂੰ ਲੱਗਦਾ ਆਹ ਲੱਤ ਤਾਂ ਨਹੀਂ ਇਹ ਤਾਂ ਬਾਹ ਵਾ ਆ ਵੀ ਬਾਹ ਵਾ ਇਹਦੀ ਬਾਹ ਦੀ ਲੱਤ ਕਿੱਥੇ ਆ ਲੱਤ ਤਾਂ ਫਿਰ ਉਹਦੀ ਲਾਉਣੀ ਪੈਣੀ ਆ ਨਾ ਉਹਦੀ ਲਾ ਕੇ ਫਿਰ ਲਾਉਣੀ ਵੀ ਆ ਨਾ ਫਿਰ ਉਹੀ ਹੈ ਨਾ ਵੀਰ ਆਪਾਂ ਨੂੰ ਉਹ ਚਾਹੀਦਾ ਨਾ ਆਹ ਚਲੋ ਪਹਿਲਾਂ ਆਹ ਚਲਾਉਣੇ ਪੈਣੇ ਆਪਾਂ ਨੂੰ ਓਕੇ ਆਹ ਚੱਲਦਾ ਨੀ ਮੈਨੂੰ ਲੱਗਦਾ ਪੱਟੀ ਤਾਂ ਨਹੀਂ ਲਾਉਣੀ ਯਾਰ ਤਾਂ ਮੈਨੂੰ ਇਹੀ ਆਈ ਜਾਂਦਾ ਇੰਟਰੈਕਟ ਲਈ ਪਤਾ ਨਹੀਂ ਕਿਉਂ ਆਈ ਜਾਂਦਾ ਆਈ ਜਾਂਦਾ ਜੀ ਹੈ ਵੀਰੇ ਉੱਥੇ ਨਾ ਇੱਕ ਹੋ ਜਾਊਗਾ ਮਕੈਨਿਕ ਉਹ ਯਾਰ ਉਹਨੇ ਕਿਹਾ ਸੀਗਾ ਵੀ ਜਿਹੜੇ ਵੀ ਮੈਨੂੰ ਮਤਲਬ ਬੰਦੇ ਮਿਲਣਗੇ ਰਸਤੇ ਜਾਂ ਮੈਨੂੰ ਕੋਈ ਵੀ ਫੋਨ ਕਰੂ ਉਹਨੇ ਉਹਦਾ ਨੰਬਰ ਵੀ ਦਿੱਤਾ ਸੀ ਵੀ ਮੈਂ ਉਹਨਾਂ ਦਾ ਫ੍ਰੀ ਸਾਰਾ ਕੁਝ ਫ੍ਰੀ ਸਮਾਰੂੰਗਾ ਵਿਚਾਰੇ ਦੀ ਆਪਦੀ ਗੱਡੀ ਨੂੰ ਅੱਗ ਲੱਗ ਗਈ ਆਪ ਗੱਡੀ 'ਚ ਸੀਗਾ ਹੋ ਗਿਆ ਵਿਚਾਰਾ ਬੜਾ ਨੁਕਸਾਨ ਹੋਇਆ ਯਾਰ ਗੱਡੀ ਵੀ ਵਿਚਾਰਾ ਕਿਸੇ ਦੀ ਮੰਗ ਵੀ ਲਿਆਇਆ ਸੀਗਾ ਅੱਛਾ ਬੜਾ ਨੁਕਸਾਨ ਵਾਲਾ ਕੰਮ ਆ ਯਾਰ ਆ ਤਾਂ ਧੱਕਾ ਕਰੀ ਜਾਂਦੀ ਆ ਦਿੱਲੀ ਰਿਪੋਰਟਰ ਜੀ ਦੀ ਬੇਇੱਜ਼ਤੀ ਹੋ ਗਈ ਉਹ ਵਿਚਾਰੀ ਠੰਡੀ ਹੋ ਗਈ ਠੰਡੀ ਚੁੱਪ ਜੀ ਹੋ ਕੇ ਫਿਰ ਬਾਕੀ ਅਰਨਵ ਗੋਸਵਾਮੀ ਡਾਕਟਰ ਦਾ ਤੁਸੀਂ ਬੋਦਲੇ ਫਿਰਦੇ ਕੀ ਹੋ ਰਿਹਾ ਹੈ ਸਾਲੇ ਹਜੇ ਤਾਂ ਮਿਸ਼ਨ ਹੀ ਦੋ ਕਰੇ ਨੇ ਮੈਨੂੰ ਲੱਗਦਾ ਹਜੇ ਵੱਡੇ ਆਪਰੇਸ਼ਨ ਤਾਂ ਹੋਣੇ ਨਹੀਂ ਆਪਾਂ ਤੋਂ ਦਿਨੇ ਜੇ ਖੇਡਣ ਵਾਲੀ ਗੇਮ ਆ ਮਤਲਬ ਰਾਤ ਵਾਲੀ ਨਹੀਂ ਆ ਜੀ ਇਹ ਰਾਤ ਵਾਲੀ ਗੇਮ ਜੀ ਨਹੀਂ ਗੀ ਟਾਈਮ ਲੱਗਦਾ ਨਾ ਹਾਂ ਦਿਨੇ ਨਾ ਮਾਈ ਡੀਅਰ ਬ੍ਰਦਰਸ ਓਲਡ ਆਫਿਸ ਦਿਨੇ ਯਾਰ ਮੇਰਾ ਕੰਮ ਹੁੰਦਾ ਹਲਾ ਨਹੀਂ ਉਹ ਗੱਲ ਕਰਦਾ ਮੈਂ ਤੁਹਾਨੂੰ ਹਾਂ ਹੈ ਟੀਮ ਦਿਨੇ ਕੰਮ ਤਾਂ ਮੈਂ ਟਾਈਮ ਭਾਲਦੀ ਆ ਜੀ ਕਿੱਥੇ ਕੰਮ ਕਰਦੇ ਹੋ ਬਾਈ ਤੁਸੀਂ ਮੈਂ ਵੀ ਹੈਗਾ ਆਪਣਾ ਆਹੀ ਯਾਰ ਕੋਵਿਡ ਦੇ ਨਾ ਪੈਕ ਹੁੰਦੇ ਆ ਟਰੈਕਟਰ ਜੇ
ਉਹ ਪੈਕ ਕਰਨਾ ਯਾਰ ਕੋਵਿਡ ਟੈਸਟ ਠੀਕ ਆ ਠੀਕ ਆ ਚਲੋ ਵਧੀਆ ਵਧੀਆ ਲੁਕਸ ਲਾਈਕ ਬੌਬਸ ਬੀਨ ਰੈਸਲਿੰਗ ਕੰਬਾਈਨ ਮੇਰਾ ਕੰਮ ਬੰਦ ਹੋ ਗਿਆ ਇੱਥੇ ਉਹ ਸੈਂਸ਼ਲ ਚਾਉਂਦਾ ਚੱਲੋ ਸੋਰੀ ਹੱਸੀ ਜਾਂਦੀ ਆ ਸਾਨੂੰ ਬਾਹ ਲੱਭਣ ਚ ਲੱਤ ਲੱਭਣ ਚ ਨਹੀਂ ਇਹ ਲੱਤ ਕਿਹੜੀ ਲਾਉਣੀ ਆ ਯਾਰ ਮੈਂ ਤਾਂ ਲੱਤ ਹੀ ਨਹੀਂ ਲੱਭਦੀ ਲੱਤ ਵੀਰ ਲੱਤ ਆਪਾਂ ਲਾਉਣੀ ਤਾਂ ਹੈਗੀ ਉਹੀ ਪਰ ਪਹਿਲਾਂ ਆਪਾਂ ਨੂੰ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਲੈਫਟ ਆਰਮ ਆ ਕੇ ਰਾਈਟ ਆਰਮ ਆ ਨੂੰ ਪਏ ਦੀ ਉਹੀ ਭੈਣ ਦੀ ਜੇ ਆਪਾਂ ਇਹਨੂੰ ਪੇਜ ਗਈ ਤਾਂ ਇਹਦੀ ਫਿਰ ਇਹ ਲੈਫਟ ਆਰਮ ਆ ਬ੍ਰੋ ਓਕੇ ਮਤਲਬ ਆਪਾਂ ਇੱਧਰ ਲਈ ਬਾਹ ਲਾਉਣੀ ਆਪਾਂ ਗਲਤ ਲਾਈ ਜਾਂਦੇ ਆ ਆਪਾਂ ਲਾਉਣੀ ਤਾਂ ਇੱਧਰਲੀ ਬਾਹ ਨਹੀਂ ਬਾਹ ਤਾਂ ਆਪਾਂ ਹੀ ਲਾਉਣੀ ਆ ਪਰ ਉੱਥੇ ਉੱਥੇ ਰਹੀਆਂ ਰਾਈਟ ਆ ਬਾਹਾਂ ਹੀ ਪਈਆਂ ਸਮਝਦਾ ਮੇਰੀ ਗੱਲ ਲੱਗ ਗਿਆ ਬਾਬਾ ਉੱਥੇ ਸਾਰੀਆਂ ਦੂਜੀਆਂ ਪਈਆਂ ਹਾਂ ਹਾਂ ਬਈ ਆਪਾਂ ਨੂੰ ਉਹ ਚਲਾਉਣਾ ਪੈਣਾ ਆਪਾਂ ਨੂੰ ਉਹ ਪੈਂਦੇ ਪਰ ਆਟੇ ਮਾਰੇ ਮੈਂ ਡਾਕਟਰ ਸਾਹਿਬ ਇੱਕ ਵਾਰੀ ਖੋਲਣ ਫੜਨ ਦੇ ਆ ਵੀ ਪਈ ਇੱਕ ਓਏ 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 ਸਮਝ ਗਿਆ ਮੈਂ ਸਮਝ ਰਿਹਾ ਮੈਂ ਸਮਝ ਰਿਹਾ ਇੱਥੇ ਬਾਰੀਆਂ ਅਲਮਾਰੀਆਂ ਅਲਮੂਰੀਆਂ 'ਚ ਕੁਛ ਪਿਆ ਹੋਣਾ ਸਮਾਨ ਇਹ ਕਾਹ ਪਈ ਆ ਬਲੱਡ ਰੁਕਣ ਵਾਲੀ ਹਾਂਜੀ ਉਹ ਤਾਂ ਮੈਂ ਵੇਖ ਲਈ ਬੋਲਾ ਡਾਕਟਰ ਸਾਹਿਬ ਮੈਨੂੰ ਖੂਨ ਮਤਲਬ ਆਹ ਚਰਕੇ ਟੀਰੇ ਹੁੰਦੇ ਜਿਹੜੀ ਆਹ ਤੌਲੀਆ ਚਰਕੇ ਦੀ ਬਾਂਹ ਤੇ ਧਰਨਾ ਪੈਣਾ ਮੈਨੂੰ ਤਾਂ ਖੂਨ ਰੋਕਣਾ ਪੈਣਾ ਨਹੀਂ ਉਹ ਨਹੀਂ ਰੁਕਣਾ ਬਰੋ ਠੀਕ ਆ ਇਹ ਮੈਂ ਸਾਈਡ ਤੇ ਧਰ ਦੇਣਾ ਇੱਥੇ ਕੰਮ ਆਊਗਾ ਉਹ ਬਾਬਾ ਭੈਣ ਚੋ ਦੱਸ ਦੇ ਕੀ ਹੋਇਆ ਤੈਨੂੰ ਓਏ ਲੱਤ ਟੁੱਟ ਗਈ ਉਹਦੀ ਭੈਣ ਦੀ ਲੱਤ This is so embarrassing. Oh, Julian. ਸੱਟਾ 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 ਬਈ ਇਹ ਤਾਂ ਬਲੱਡ ਕਿੱਥੋਂ ਪਤਾ ਲੱਗਦਾ ਤੁਹਾਨੂੰ ਆਹ ਵੇ ਥੱਲੇ ਲਿਖਿਆ 4824 3824 ਸੌਰੀ ਹਾਂ ਹਾਂ ਇਹ ਉਦੋਂ 2400 ਸੀ ਆਪਾਂ ਥੋੜਾ ਚੜਾਇਆ ਮੈਨੂੰ ਲੱਗਦਾ ਇੱਕ ਨਹੀਂ ਚੜਾਇਆ ਤਾਂ ਹੈ ਨਹੀਂ ਆਪਾਂ ਉਹ ਭਾਂ ਜੋ ਮੈਂ ਉਹਦੇ ਉੱਤੇ ਬੈਠਾ ਜਾ ਰਿਹਾ ਉਹਦੀ ਲੱਤ ਟੁੱਟ ਗਈ ਸਾਲੀ Oh I'm sorry to report that this area is not set up as intended I'm afraid you'll need to improvise ਬਹੁਤ ਮੇਰੀ ਬਾਹ ਫੜ ਲਾ ਕੁਛ ਨਹੀਂ ਹੁੰਦਾ ਤੈਨੂੰ ਹੁਣ ਗੱਲ ਤਾਂ ਇਹ ਆ ਜੇ ਆਪਾਂ ਆਨੇ ਆ ਠੀਕ ਹੋ ਜਾਣਾ ਬਿਲ ਲਾਰਜ ਇੰਸਟਾਈਨ ਹਨਾ ਇੱਧਰ ਆ ਇੱਧਰ 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 ਉਹ ਗੱਲ ਤਾਂ ਸੁਣ ਉਹ ਭੈਣ ਚੋ ਲਾ ਕੀ ਪੜਤਾ ਮੈਂ ਕੁਛ ਕਰਵਾਉਂਦਾ ਪਿਆ ਇਹ ਤੋਂ ਇਹ ਮਰ ਗਿਆ ਬਾਈ ਬਹੁ ਇਹ ਨਹੀਂ ਲੱਗਦੀ ਇਹੀ ਲੱਗਣੀ ਸੀ ਆਪਾਂ ਨੂੰ ਨਵੀਂ ਲਿਆਉਣੀ ਪੈਣੀ ਆ ਚੱਲ ਛੱਡ ਭਰਾ ਕੋਈ ਨਹੀਂ ਰਹਿਣ ਦੇ ਗਿਆ ਗਿਆ ਬਸ ਹਾਏ ਮੈਨੂੰ ਆਇਆ ਸੀ ਮੈਂ ਚੱਲ ਸਵਾਦ ਲਵਾਂਗੇ ਇਹਦੇ ਮੇਨ ਪਾਰਟਸ ਟੱਟ ਤੇ ਦੇਖੋ ਠੀਕ ਆ ਸਾਰੇ ਟੱਟ ਦੇਣੇ ਪੜ੍ਹ ਦੇਣੇ ਭੈਣ ਉਹ ਯਾਰ ਕੀ ਕਰੀਏ ਸਾਲਾ ਨਜ਼ਾਰਾ ਨਹੀਂ ਲੈ ਸਕਦੇ ਇਹਦੇ ਉਹ ਜਦ ਹੀ ਮਰ ਜਾਂਦਾ ਕੁੜੀ ਆ ਵਾ ਦੋ ਮਿੰਟ ਤਾਂ ਸਾਹ ਨਹੀਂ ਲੈ ਹਾਊ ਯੂ ਟੇਕਨ ਟੂ ਦ ਯੂਨੀਕ ਨੇਚਰ ਆਫ ਆਰ ਫੈਸਿਲਿਟੀ ਠੀਕ ਹੈ ਓਕੇ ਚਲਾਉਣਾ ਪੈਣਾ ਆਪਾਂ ਨੂੰ ਮੈਨੂੰ ਇਹ ਨਹੀਂ ਸਮਝ ਆਉਂਦੀ ਉਹ ਲੱਤ ਵਾਲਾ ਚੱਲੂ ਕਿਵੇਂ ਮੇਰੀ ਗੱਲ ਸੁਣੋ ਇਹਨਾਂ ਕੋਲ ਆਹ ਬਾਂਹ ਵੀ ਹੈਗੀ ਆ ਬਰੋ ਆਪਾਂ ਨੂੰ ਲੈਫਟ ਆਰਮ ਚਾਹੀਦੀ ਆ ਥੋੜਾ 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 ਉਹ ਹੈਗੀ ਆ ਲੈਫਟ ਆਰਮ ਆਪਾਂ ਇਹਨਾਂ ਨੂੰ ਦੇਣੀ ਆ ਹਨਾ ਉਹ ਖੜਿਓ ਜਾਂ ਫੜ ਦੇ ਮੈਂ ਚੱਕ ਕੇ ਲਿਆਉਂ ਥੋੜਾ 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 ਮੈਂ ਉਹਦੇ ਲਈ ਲੈ ਕੇ ਆਉਣਾ ਲੈਫਟ ਹੀ ਨਾ ਲਾਇਓ ਉੱਪਰ ਜਾਣਾ ਸੌਰੀ ਡਾਕਟਰ ਸਾਹਿਬ ਧੱਕਾ ਵੱਜ ਰਿਹਾ ਤਾਂ ਲੈ ਕੇ ਚੱਲ ਗਏ ਉੱਪਰ 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 ਇੱਧਰ ਹਾਂ ਚਲੋ 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 ਉਹ ਪੈਂਤੀ ਚਲੋ I guess you'll need an arm to get through here. Yeah, 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 I know, I know. ਪਾਲਾ ਪਤਾ ਲੈ ਕੀ ਆ ਮੈਂ ਬਾਹਾਂ ਦੀ ਲੋੜ ਪਈ ਸਹੀ ਗੱਲ ਆ ਯਾਰ ਮੈਂ ਤਾਂ ਗਰਮੀ ਲੱਗ ਰਹੀ ਹੈ ਭੈਣ ਚੋ ਪੱਠਾ ਵੀ ਥੱਲੇ ਡਿੱਪੇ ਹਣਾ
ਬਾਲਾ ਔਖਾ ਕੰਮ ਕਰਿਆ ਪਿਆ ਯਾਰ ਭਰਾ ਮੇਰੇ ਛੋੜੋ ਯਾਰ ਪਹਿਲਾਂ ਇਹਨੂੰ ਐਗਜ਼ਾਮਿਨ ਕਰੋ ਇਹਦੇ ਵਿੱਚ ਹੈ ਕੀ ਆ ਠੀਕ ਆ ਤਾਂ ਲੈਟਸ ਲਾਈਕ ਬੀਨ ਰੈਸਲਿੰਗ ਕੰਬਾਈਨ ਹਾਰਵੈਸਟਰਸ ਅਗੇਨ ਟਾਈਮ ਪੀਸ ਡਾਕਟਰ ਸਾਹਿਬ ਟਾਈਮ ਹੋ ਗਿਆ ਮੇਰਾ ਘਰੇ ਜਾਣ ਦਾ ਤੇ ਹਜੇ ਇੱਥੇ ਮੇਰਾ ਟਾਈਮ ਸਟਾਪ ਕਰਾਈਏ ਮੈਂ ਨਾ ਟਾਲੂ ਕਰ ਲੈਂਦੇ ਹਾਂ ਬਾਊ ਨੂੰ ਪਾ ਲਾ ਦਿੰਦੇ ਹਾਂ ਫਰਿੱਜ 'ਚ ਟਾਲੂ ਦੇ ਦਿੰਦੇ ਹਾਂਜੀ ਹੁਣ ਤਾਂ ਹਲਣਾ ਹੋ ਰਹੀ ਮੈਂ ਤਾਂ ਆਪ ਗਰਮੀ ਜਿਹੀ ਲੱਗਣ ਲੱਗ ਗਈ ਆ ਵੇਖਣ ਤੋਂ ਨਹੀਂ ਨਹੀਂ ਇਹਦਾ ਦੂਜਾ ਆਪਣਾ ਇਹਦਾ ਤਾਂ ਕੀ ਫਾਇਦਾ ਉਹ ਠੀਕ ਆ ਠੀਕ ਆ ਮੈਨੂੰ ਲੱਗਦਾ ਮੈਨੂੰ ਐਂ ਕਿਉਂ ਲੱਗਦਾ ਪਿਆ ਜਿਹੜੀ ਆਪਾਂ ਬਾਂਹ ਵਾ ਹਨਾ ਉਹ ਭਾਰੀ ਨਾਲ ਟੱਟ ਕੇ ਲਾਉਣੀ ਆ ਆਪਾਂ ਹੱਡੀ ਨਹੀਂ ਟੱਟ ਰਹੇ ਸਿੱਧੀ ਪੱਟੀ ਜਾ ਰਹੇ ਹਾਂ ਆਹ ਗਲਤੀ ਹੋ ਰਹੀ ਆ ਨਹੀਂ ਨਹੀਂ ਉਹਦੇ ਨਾਲ ਪਿਛਲੀ ਵਾਰ ਵੀ ਆਪਾਂ ਕਰਿਆ ਸੀ ਮੈਂ ਪਿਛਲੀ ਵਾਰ ਆਪਾਂ ਟੱਟੀ ਸੀ ਨਾ ਤਾਂ ਮੈਂ ਦੱਸਦਾ ਦੇਖੀ ਤਾਂ ਸਹੀ ਟਰਾਈ ਕਰਕੇ ਉਹ ਵੀਰ ਬਾਂਹ ਗਲਤ ਆ ਇੱਧਰ ਹੀ ਟੱਟ ਕੇ ਦੇਖਦੇ ਹਾਂ Thank you for the follow-up, guys. Okay. ਮੈਂ ਪੱਟਣ ਲੱਗਿਆ ਡਾਕਟਰ ਸਾਹਿਬ ਲੈ ਰਿਹਾ ਉਹ ਉਹਦੀ ਬਾਂਹ ਉਹ ਖੜ ਜੋ ਜਲਦੀ ਕਰੋ ਤੁਸੀਂ ਹੁਣ ਫੋਨ ਕੱਢ ਰਿਹਾ ਉਹਦਾ ਸਟਾਪਰ ਲਾਵਾ ਸਟਾਪਰ ਕਿੱਥੇ ਇਹਦਾ ਇਧਰ ਦੂਜੇ ਪਾਸੇ I'm sorry to report that this area is not set up as intended. I'm afraid you'll need to improvise. ਵੜਤੀ ਬਾਂ ਹਾਂਜੀ ਬਾਂ ਵੱਡੀ ਗਈ ਨਹੀਂ ਵੱਡੀ ਨਹੀਂ ਮਤਲਬ ਉਹ ਪੈਣ ਦੀ ਲਾਂ ਮੇਰੇ ਹੱਥ ਮੁੜ ਗਏ ਆ ਗਏ ਭਰਾ ਲਵਾ ਲਾ ਟੀਕਾ ਤੈਨੂੰ ਦੁਖੀ ਕਰਦਾ ਮੈਂ ਹੋਰ ਕਿਤੇ ਵੀ ਜਾਣਾ ਦੂਜੀ ਲਾਉਣੀ ਸੀ ਛੋੜੋ ਮੈਂ ਆਰੀ ਨਾਲ ਲਾਉਣਾ ਗਲਤ ਲਾਤੀ ਆਰੀ ਉੱਥੇ ਲੱਤ ਲੁੱਤ ਦੇ ਨਾ ਬੱਜੇ ਡਾਕਟਰ ਸਾਹਿਬ ਐਂ ਲੱਗਦੇ ਲੈ ਖੜੇ ਰਹੋ ਜਦ ਤੱਕ ਧੋ ਲਓ ਇਹਨੂੰ ਬਾਂਹ ਨੂੰ ਬਸ ਬਹੁਤ ਧੁੱਤੀ ਓਕੇ ਯਾਰ ਇੱਕ ਮੇਰੀ ਕੀ ਹੋਈ ਜਾਂਦਾ ਅੱਜ ਮੇਰੇ ਸਾਰੇ ਨੈੱਟ ਦਾ ਪੰਡਾ ਰੀਫਰੈਸ਼ ਕਰ ਲਓ ਯਾਰ ਰੀਫਰੈਸ਼ ਕਰ ਲਓ ਅੱਜ ਪਤਾ ਨਹੀਂ ਆਈ ਡੋਂਟ ਨੋ ਕੀ ਨਸ਼ੇ ਚੜੇ ਅੱਜ ਮੇਰੇ ਨੈੱਟ ਦਾ ਸਲੋ ਪੰਡਾ ਲੱਗ ਰਿਹਾ ਫੋਨ ਨਿਕਲ ਰਿਹਾ ਡਰਾਵੇ ਦਾ ਇੱਕ ਇੱਕ ਕਰਕੇ ਨਿਕਲ ਰਿਹਾ ਥੋੜੇ ਥੋੜੇ ਮੜੇ ਮੈਂ ਮੜੇ ਆਜਾ ਪੜਦੇ ਕੋਈ ਨਹੀਂ ਪੱਟਣ ਲੱਗਿਆ ਮੈਂ ਹੁਣ ਇਹਦੇ ਬਾਲੀਆਂ ਆਏ ਹਾਏ ਆਪਦੀ ਬਾਹ ਹਲੀ ਮੜੀ ਪਈ ਹੈ ਲੋਕਾਂ ਦੀ ਜੁੜੀ ਜਾਂਦੀ ਹੈ ਆਜੋ ਦੇਖਿਓ ਕੁਛ ਖੁੱਲਿਆ ਡਰਾਵ ਖੁੱਲਿਆ ਹੁਣ ਮੈਨੂੰ ਆਵਾਜ਼ ਆਈ ਖੂਨ ਨਿਕਲ ਰਿਹਾ ਅਜੇ ਵੀ ਖੂਨ ਨਿਕਲ ਰਿਹਾ ਹਾਂਜੀ ਉਹ ਠੀਕ ਆ ਮੈਂ ਤਾਂ ਉਹਦੇ ਉੱਤੇ ਹੀ ਛੱਡਤੀ ਸੀ ਭੈਣ ਚੋਂ ਇਹ ਨਹੀਂ ਰੁਕਣਾ ਹੁਣ ਇਹਦੇ ਇਹਦਾ ਗਲਾ ਵੱਡੇ ਰਿਹਾ ਵਿਚਾਰੇ ਤਾਂ ਮੈਂ ਰੋਟ ਭਰਾ ਮੇਰੇ ਨਹੀਂ ਪਤਾ ਕੀ ਗੱਲ ਆ ਵੀਰ ਮੈਂ ਤੁਹਾਨੂੰ ਦੱਸਦਾ ਰੋਟ ਗਿਆ ਇਹਨਾਂ ਬਾਂਹ ਤੁਸੀਂ ਬਾਂਹ ਵੇਖੋ ਬਾਂਹ ਲੱਗੀ ਵੇਖੋ ਤੁਸੀਂ ਬਾਂਹ ਪੁੱਠੀ ਲੱਗੀ ਹੋਈ ਆ ਉਹੀ ਤਾਂ ਇਹ ਹਰ ਵਾਰ ਐਂ ਲੱਗ ਰਹੀ ਆ ਬ੍ਰੋ ਇਹ ਫਿਰ ਬਾਂਹ ਆਪਾਂ ਨੂੰ ਲੈਫਟ ਚਾਹੀਦੀ ਹੈ ਨਾ ਇਹਦੇ ਵਾਸਤੇ ਆਪਾਂ ਨੂੰ ਉਹ ਜਗਾਉਣਾ ਪੈਣਾ ਵੀ ਉਹ ਚਲਾਉਣੇ ਪੈਣੇ ਆਪਾਂ ਨੂੰ ਉਹ ਨੈੱਟ ਦਾ ਪੰਡਾ ਨਹੀਂ ਵੀਰੇ ਸਟ੍ਰੀਮ ਲੈਬਸ ਦਾ ਪੰਡਾ ਪਤਾ ਨਹੀਂ ਯਾਰ ਇਹ ਕਾਹਦਾ ਪੰਡਾ ਇਹ ਨਹੀਂ ਬਚਦਾ ਤਾਂ ਬਹੁਤ
ਜਾਂ ਫਿਰ ਭਰਾ ਕੱਲ ਨੂੰ ਕਰ ਲੈਨੇ ਆ ਹੋਰ ਕੱਲ ਨੂੰ ਕਰ ਲਾਂਗੇ ਯਾਰ ਹੋਰ ਕੀ ਆ ਹਣਾ ਹੋਰ ਕੀ ਹੁਣ ਤਾਂ ਹਾਲਾ ਹੋਰ ਜਾਈ ਹੋਈ ਜਾਂਦਾ ਇੱਕ ਤਾਂ ਗਰਮੀ ਬਹੁਤ ਲੱਗੀ ਜਾਂਦੀ ਸਰੀਰ ਨੂੰ ਯਾਰ ਗਰਮੀ ਲੱਗੀ ਜਾਂਦੀ ਉਹ ਜਗ੍ਹਾ ਹੀ ਉਹ ਜੀ ਹੈ ਨਾ ਯਾਰ ਥੋੜ੍ਹਾ ਭੂਲ ਭਲੀ ਜਿਹੇ ਫਿਰਦੇ ਹਾਂ ਨਾ ਠੀਕ ਜਿਹੜੀ ਆ ਕੋਈ ਨਹੀਂ ਕੱਲੂ ਕਰ ਲਿਓ ਮੈਂ ਚੱਲ ਕੋਈ ਹੋਸਟਿੰਗ ਕਰਦਾ ਬੈ ਕੇ ਹਣਾ ਚਲੋ ਟੇਕ ਕੇਅਰ ਓਕੇ ਬਰੋ ਟੇਕ ਕੇਅਰ ਟੇਕ ਕੇਅਰ ਚਲੋ ਗਾਈਜ਼ ਆਪਾਂ ਵੀ ਹੁਣ ਫਿਰ ਕੋਈ ਹੋਸਟਿੰਗ ਕਰਦੇ ਹਾਂ ਲੋਕਾਂ ਨੇ ਪਬਜੀ ਮੰਟਲੈਲ ਦੇਖਣੀ ਆਪਾਂ ਪਬਜੀ ਮੰਟਲੈਲ ਹੀ ਕਰਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਹਾਂਜੀ 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 ਓਕੇ ਬਰੋ ਓਕੇ 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 ਹਾਂ ਹੁਣ ਪਬਜੀ ਬਰੋ ਪਬਜੀ ਖੇਡਦੇ ਇਹਦੇ ਸਾਰੇ ਪਾਰਟਸ ਪਟ ਦੋ ਇਹਦੇ ਹੁਣ ਉਹ ਚਲਾ ਗਿਆ ਉਹ ਲੀਵ ਕਰ ਗਿਆ ਮੁੰਡਾ ਕੱਲ੍ਹ ਬੈਠਾਂਗੇ